ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਸਟੋਲਾ ਜੀ ਕੱਲ 1 ਜੂਨ ਨੂੰ ਵੋਟਾਂ ਪੈ ਗਈਆਂ ਲੰਬੇ ਸਮੇਂ ਤੋਂ ਹਰ ਪਾਰਟੀ ਜੋ ਹੈ ਪੂਰਾ ਜ਼ੋਰ ਲਗਾ ਰਹੀ ਸੀ ਵੋਟਰਾਂ ਨੇ ਆਪਣੀ ਸੋਚ ਬੂਝ ਦੇ ਨਾਲ ਆਪਣੇ ਜਿਹੜਾ ਉਮੀਦਵਾਰ ਉਹਨਾਂ ਨੂੰ ਚੰਗਾ ਲੱਗਿਆ ਉਸ ਨੂੰ ਵੋਟ ਪਾ ਦਿੱਤੀ ਹੈ ਪਰ ਹੁਣ ਇੰਤਜ਼ਾਰ 4 ਜੂਨ ਦਾ ਹੈ ਹੁਣ ਜਿਸ ਦੇ ਨਤੀਜੇ ਆਣੇ ਨੇ ਤੇ ਉਸ ਤੋਂ ਪਹਿਲਾਂ ਜਿਹੜੇ ਐਗਜ਼ਿਟ ਪੋਲਸ ਆ ਸਰਸਰਾਂ ਜੋ ਆਪਾਂ ਦੇਖ ਰਹੇ ਹਾਂ ਸ਼ੁਰੂ ਹੋ ਚੁੱਕਿਆ ਹੈ ਵਕਫ ਵਕਫ ਸਰ ਵੇਖਣ ਜਿਹੜੇ ਵਕਫ ਵਕਫ ਐਗਜ਼ਿਟ ਪੋਲ ਆ ਰਹੇ ਨੇ ਸੋ 13 ਦੀਆਂ 13 ਸੀਟਾਂ ਦੇ ਇਹਨਾਂ ਐਗਜ਼ਿਟ ਪੋਲ ਜਿਹਦੇ ਆਪਾਂ ਗੱਲ ਕਰ ਰਹੇ ਹਾਂ ਤਾਂ ਇਹਨਾਂ ਦੀ ਅਸਲ ਸਚਾਈ ਜੋ ਹੈ ਕਿਵੇਂ ਦੇਖੀ ਜਾਵੇ ਕਿਵੇਂ ਸਮਝਿਆ ਜਾਏ ਜਿਹੜੇ ਐਗਜ਼ਿਟ ਪੋਲ ਨੇ ਜੋ ਦਿਖਾ ਰਹੇ ਨੇ ਅਨੁਮਾਨਿਤ ਨਤੀਜੇ ਜਿਹੜੇ ਦਿਖਾ ਰਹੇ ਨੇ ਕਿਸ ਢੰਗ ਨਾਲ ਇਹਨਾਂ ਦੀ ਸਚਾਈ ਦੇ ਪੈਮਾਨਿਆਂ ਨੂੰ ਸਮਝਿਆ ਜਾ ਸਕਦਾ ਫਰਜੋਤ ਜੀ ਮੈਂ ਪੰਜਾਬ ਦੇ ਨਾਲ ਸਬੰਧਤ ਕਈ ਤਰ੍ਹਾਂ ਦੇ ਐਗਜ਼ਿਟ ਪੋਲ ਆਏ ਨੇ ਔਰ ਜਿਹੜੇ ਪੰਜਾਬ ਨਾਲ ਸਬੰਧਤ ਐਗਜ਼ਿਟ ਪੋਲ ਨੇ ਮੈਨੂੰ ਲੱਗਦਾ ਹੈ ਉਹ ਸਿਰਫ ਤੇ ਸਿਰਫ ਮਾਰਕੀਟਿੰਗ ਦੀ ਖੇਡ ਹੈ ਜਾਂ ਅਨੁਮਾਨ ਨਹੀਂ ਸੱਚਾਈ ਤੋਂ ਮੈਨੂੰ ਉਹ ਦੂਰ ਲੱਗਦੇ ਨੇ ਕਿਉਂਕਿ ਜੇ ਮੈਂ ਉਦਾਹਰਨ ਦਵਾਂ ਇੱਕ ਬਹੁਤ ਵੱਡੇ ਚੈਨਲ ਨੇ ਇੱਕ ਐਗਜ਼ਿਟ ਪੋਲ ਦਿਖਾਇਆ ਪੰਜਾਬ ਦਾ ਜਿਹਦੇ ਵਿੱਚ ਉਹ ਭਾਰਤੀ ਜਨਤਾ ਪਾਰਟੀ ਨੂੰ 2 ਤੋਂ 4 ਸੀਟਾਂ ਦਿਖਾ ਰਹੇ ਨੇ ਕਾਂਗਰਸ ਨੂੰ 8 ਤੋਂ 10 ਸੀਟਾਂ ਦਿਖਾ ਰਹੇ ਨੇ ਤੇ ਆਮ ਆਦਮੀ ਪਾਰਟੀ ਨੂੰ 0 ਤੋਂ 1 ਸੀਟ ਦਿਖਾ ਰਹੇ ਨੇ ਅਕਾਲੀ ਦਲ ਨੂੰ ਜ਼ੀਰੋ ਸੀਟ ਦਿਖਾ ਰਹੇ ਨੇ ਹੁਣ ਇਸ ਚੈਨਲ ਤੇ ਐਗਜ਼ਿਟ ਪੋਲ ਦੇਖਣ ਤੋਂ ਬਾਅਦ ਜਦੋਂ ਮੈਂ ਕਿਸੇ ਹੋਰ ਚੈਨਲ ਤੇ ਗਿਆ ਮੈਂ ਨਾਮ ਨਹੀਂ ਲੈਂਦਾ ਚੈਨਲਾਂ ਦਾ ਕਿਉਂਕਿ ਚੈਨਲ ਬਹੁਤ ਵੱਡੇ ਨੇ ਕਿਤੇ ਗੁੱਸਾ ਹੀ ਨਾ ਕਰ ਜਾਣ ਇੱਕ ਹੋਰ ਚੈਨਲ ਤੇ ਜਦੋਂ ਮੈਂ ਗਿਆ ਮੈਂ ਹੈਰਾਨ ਹੋ ਗਿਆ ਉੱਥੇ ਤਸਵੀਰ ਬਦਲ ਗਈ ਉੱਥੇ ਆਮ ਆਦਮੀ ਪਾਰਟੀ ਨੂੰ ਦਿਖਾ ਰਹੇ ਨੇ 3 ਤੋਂ 5 ਉੱਥੇ ਕਾਂਗਰਸ ਪਾਰਟੀ ਨੂੰ ਦਿਖਾ ਰਹੇ ਨੇ 5 ਤੋਂ 6 ਭਾਰਤੀ ਜਨਤਾ ਪਾਰਟੀ ਨੂੰ ਵੀ ਉੱਥੇ ਦੋ ਤਿੰਨ ਸੀਟਾਂ ਦੋ ਤੋਂ ਤਿੰਨ ਇਸ ਤਰ੍ਹਾਂ ਦੀ ਗੱਲ ਕਰ ਰਹੇ ਨੇ ਤੇ ਉੱਥੇ ਜਿੱਥੇ ਇੱਕ ਸਰਵੇਖਣ ਦੇ ਵਿੱਚ ਆਮ ਆਦਮੀ ਪਾਰਟੀ ਨੂੰ 0 ਤੋਂ 1 ਤੇ ਦੂਜੇ ਸਰਵੇਖਣ ਚ 3 ਤੋਂ 5 ਤੇ ਕਿਤੇ ਕਾਂਗਰਸ ਦੀਆਂ ਘਟਾ ਦਿੰਦੇ ਨੇ ਕਿਤੇ ਆਮ ਆਦਮੀ ਪਾਰਟੀ ਦੀਆਂ ਵਧਾ ਦਿੰਦੇ ਨੇ ਜਿਹਦੇ ਤੋਂ ਮੈਂ ਇਸ ਨਤੀਜੇ ਤੇ ਪਹੁੰਚਿਆ ਕਿ ਇਹ ਜਿਹੜੇ ਸਰਵੇਖਣ ਨੇ ਇਹ ਜਾਂ ਤਾਂ ਮਾਰਕੀਟਿੰਗ ਹੈ ਜਾਂ ਸਿਰਫ ਇਹ ਅੰਦਾਜ਼ੇ ਤੇ ਅਨੁਮਾਨ ਨੇ ਤੇ ਜਦੋਂ ਮੈਂ ਹਕੀਕਤ ਸਮਝਣ ਦੀ ਕੋਸ਼ਿਸ਼ ਕੀਤੀ ਬਹੁਤ ਸਾਰੇ ਲੋਕਾਂ ਨਾਲ ਮੈਂ ਲਗਭਗ ਹਰ ਜ਼ਿਲ੍ਹੇ ਨਾਲ ਸੰਬੰਧਿਤ ਪੱਤਰਕਾਰੀਆਂ ਵਿਅਕਤੀ ਨਾਲ ਗੱਲ ਕੀਤੀ ਮੈਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸਾਰੇ ਲੋਕ ਸਭਾ ਹਲਕਿਆਂ ਦੀਆਂ ਵੱਖ-ਵੱਖ ਤਰ੍ਹਾਂ ਨਾਲ ਰਿਪੋਰਟਾਂ ਇਕੱਠੀਆਂ ਕਰਦਾ ਰਿਹਾ ਬਹੁਤ ਸਾਰੀਆਂ ਰਿਪੋਰਟਾਂ ਨਸ਼ਰ ਹੋਈਆਂ ਉਹਨਾਂ ਦਾ ਵਿਸ਼ਲੇਸ਼ਣ ਕੀਤਾ ਸੋ ਜਿਹੜੀ ਅਸਲ ਸਥਿਤੀ ਹੈ ਜਿਵੇਂ ਆਪਾਂ ਪਿਛਲੇ ਵਿਸ਼ਲੇਸ਼ਣਾਂ 'ਚ ਗੱਲ ਕੀਤੀ ਹੈ ਅੱਜ ਵੀ ਕੋਈ ਦਾਅਵੇ ਨਾਲ ਨਹੀਂ ਕਹਿ ਸਕਦਾ ਹਕੀਕਤ ਦੇ ਵਿੱਚ ਕਿ ਪੰਜਾਬ 'ਚ ਹੋਣ ਕੀ ਜਾ ਰਿਹਾ ਹੈ ਪੰਜਾਬ 'ਚ ਕਿਹੜੀ ਪਾਰਟੀ ਜ਼ਿਆਦਾ ਸੀਟਾਂ ਜਿੱਤੂਗੀ ਅੱਜ ਵੀ ਕੋਈ ਸੱਚਾ ਦਾਵਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਲੋਕਾਂ ਨੇ ਲੋਕਾਂ ਨੇ ਆਪਣਾ ਮਨ ਕਿਸੇ ਨਾਲ ਨਹੀਂ ਖੋਲਿਆ ਚੁੱਪਚੀ ਪੀਤੇ ਪੰਜਾਬ ਦੇ ਵਿੱਚ VOTING ਹੋਈ ਹੈ ਔਰ ਜਿਹੜੇ ਅੰਕੜੇ ਨੇ VOTING ਦੇ ਕੱਲ ਸ਼ਾਮ 5 ਵਜੇ ਤੱਕ ਦੇ 7ਵੇਂ ਪੋਲ ਦੇ 57 ਸੀਟਾਂ 'ਚ 58% VOTING ਸੀ ਔਰ 5 ਵਜੇ ਤੱਕ ਪੰਜਾਬ ਚ 55% VOTING ਦੀਆਂ ਖਬਰਾਂ ਆਈਆਂ ਸੀ ਜਦਕੀ ਇੰਨੀ ਘੱਟ VOTING ਕਦੀ ਪੰਜਾਬ ਚ ਹੋਇਆ ਨਹੀਂ ਕਰਦੀ ਉੰਜ ਗਰਮੀ ਬਹੁਤ ਜ਼ਿਆਦਾ ਸੀ ਕੱਲ ਕੱਲ ਬਹੁਤ ਜ਼ਿਆਦਾ ਗਰਮੀ ਚ ਲੋਕਾਂ ਨੇ ਵੋਟਾਂ ਪਾਈਆਂ ਮੈਂ ਵੀ ਸਵੇਰੇ ਸਵੇਰੇ ਵੋਟ ਪਾ ਕੇ ਆਇਆ ਔਰ ਜੋ ਸਥਿਤੀਆਂ ਨੇ ਪੰਜਾਬ ਚ ਮੈਂ ਜਦੋਂ ਲਗਾਤਾਰ ਉਹਨਾਂ ਨੂੰ ਦੇਖਦਾ ਇਸ ਗੱਲ ਤੇ ਤਾਂ ਮੈਂ ਇਸ ਨਤੀਜੇ ਤੇ ਤਾਂ ਮੈਂ ਪਹੁੰਚ ਗਿਆ ਕਿ ਕਿਹੜੀ ਸੀਟ ਚ ਕਿਹਦੇ ਕਿਹਦੇ ਵਿਚਾਲੇ ਮੁਕਾਬਲਾ ਹੈ ਔਰ ਜਿੱਤੂ ਕੌਣ ਇਹ ਦੱਸਣਾ ਹਜੇ ਵੀ ਹਰਜੋ ਜੀ ਅਸੰਭਵ ਹੈ। ਔਰ ਕਈ ਸੀਟਾਂ ਤੇ ਸ਼ਹਿਰੀ ਸੀਟਾਂ ਚ ਸ਼ਹਿਰੀ ਖੇਤਰਾਂ 'ਚ ਭਾਜਪਾ ਮੁਕਾਬਲੇ 'ਚ ਹੈ। ਕਈ ਜਗ੍ਹਾ ਹੁਣ ਮੈਂ ਗੱਲ ਅੰਮ੍ਰਿਤਸਰ ਤੋਂ ਸ਼ੁਰੂ ਕਰਦਾ। ਅੰਮ੍ਰਿਤਸਰ ਦੇ ਵਿੱਚ ਜਦੋਂ ਅਸੀਂ ਸ਼ਹਿਰ ਦੀ ਗੱਲ ਕਰਦੇ ਹਾਂ ਸ਼ਹਿਰ ਦੀਆਂ ਸੀਟਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਜਿਹੜੇ ਤਰਨਜੀਤ ਸਿੰਘ ਸੰਧੂ ਨੇ ਉਹ ਮੁਕਾਬਲੇ 'ਚ ਨਹੀਂ ਸ਼ਹਿਰਾਂ ਦੇ ਵਿੱਚ ਭਾਜਪਾ ਨੂੰ ਚੰਗੀਆਂ ਵੋਟਾਂ ਪੈਣ ਦੀ ਖਬਰ ਹੈ। ਪਰ ਉੱਥੇ ਮੁਕਾਬਲਾ ਲਗਾਤਾਰ ਗੁਰਜੀਤ ਔਜਲਾ ਬਣੇ ਹੋਏ ਨੇ ਆਮ ਆਦਮੀ ਪਾਰਟੀ ਦੇ ਲੀਡਰ ਬਣੇ ਹੋਏ ਨੇ ਸੋ ਸ਼ਹਿਰ ਦੇ ਵਿੱਚ ਤਿੰਨ ਕੋਣੀ ਮੁਕਾਬਲਾ ਬਰਕਰਾਰ ਹੈ ਔਰ ਜਦੋਂ ਅਸੀਂ ਪਿੰਡੂ ਖੇਤਰਾਂ 'ਚ ਚਲੇ ਜਾਂਦੇ ਆਂ ਤੇ ਉੱਥੇ ਅਕਾਲੀ ਦਲ ਵੀ ਮੁਕਾਬਲੇ 'ਚ ਹੈ ਸੋ ਇਸ ਕਰਕੇ ਅੰਮ੍ਰਿਤਸਰ ਦੇ ਵਿੱਚ ਸ਼ਹਿਰਾਂ 'ਚ ਵੀ ਤਿੰਨ ਕੋਣੀ ਤੇ ਪਿੰਡਾਂ 'ਚ ਵੀ ਤਿੰਨ ਕੋਣੀ ਪਿੰਡਾਂ ਦੇ ਤਿੰਨ ਕੋਣੀ 'ਚ ਭਾਜਪਾ ਦੀ ਜਗ੍ਹਾ ਅਕਾਲੀ ਦਲ ਆ ਗਿਆ ਸੋ ਹੁਣ ਜਿਹੜੀ ਜਿੱਤ ਹੋਣੀ ਹੈ ਅੰਮ੍ਰਿਤਸਰ 'ਚ ਉਹ ਸ਼ਹਿਰ ਦੀਆਂ ਸੀਟਾਂ 'ਚ ਕੌਣ ਲੀਡ ਲੈ ਕੇ ਆਉਂਦਾ ਹੈ ਪਿੰਡਾਂ ਦੀਆਂ ਸੀਟਾਂ 'ਚ ਕੌਣ ਲੀਡ ਲੈ ਕੇ ਆਉਂਦਾ ਉਹ ਜਿੱਤ ਤਾਂ ਹੋਣੀ ਹੈ ਕੋਈ ਦਾਅਵੇ ਨਾਲ ਨਹੀਂ ਕਹਿ ਸਕਦਾ ਕਿ ਅਮਰਸਰ ਦੀ ਸੀਟ ਕੌਣ ਜਿੱਤੂਗਾ ਇਹੀ ਪੋਜੀਸ਼ਨ ਲੁਧਿਆਣੇ ਦੀ ਹੈ ਰਵਨੀਤ ਬਿੱਟੂ ਸ਼ਹਿਰਾਂ ਦੇ ਵਿੱਚ ਚੰਗੀ ਵੋਟ ਹਾਸਲ ਕਰ ਗਿਆ ਜੋ ਰਿਪੋਰਟਾਂ ਮਿਲੀਆਂ ਨੇ ਮੈਂ ਵੀ ਕਈ ਜਗ੍ਹਾ ਜਾ ਕੇ ਦੇਖਿਆ ਵੜਿੰਗ ਨੂੰ ਚੰਗੀ ਵੋਟ ਪਈ ਹੈ ਆਮ ਆਦਮੀ ਪਾਰਟੀ ਨੂੰ ਵੀ ਚੰਗੀ ਵੋਟ ਪਈ ਹੈ ਪਰ ਜਦੋਂ ਪਿੰਡਾਂ 'ਚ ਜਾਂਦੇ ਆ ਪਿੰਡਾਂ ਦੇ ਵਿੱਚ ਰਵਨੀਤ ਬਿੱਟੂ ਦਾ ਕਿਉਂਕਿ ਕਿਸਾਨਾਂ ਨੇ ਵਿਰੋਧ ਬੜਾ ਕੀਤਾ ਬੀਜੇਪੀ ਦਾ ਪਿੰਡਾਂ 'ਚ ਬੀਜੇਪੀ ਮੈਨੂੰ ਪਿੱਛੇ ਲੱਗਦੀ ਆ ਔਰ ਪਿੰਡਾਂ 'ਚ ਅਕਾਲੀ ਦਲ ਆ ਗਿਆ। ਸੋ ਇਸ ਕਰਕੇ ਲੁਧਿਆਣੇ ਦੀ ਸੀਟ ਤੇ ਪਿੰਡੂ ਏਰੀਆ ਦੇ ਵਿੱਚ ਦਰਸ਼ਨ ਸਿੰਘ ਸ਼ਵਾਲਕ ਮਨਪ੍ਰੀਤ ਿਆਲੀ ਇਹ ਲੁਧਿਆਣੇ 'ਚ ਵੱਡੇ ਲੀਡਰ ਨੇ ਅਕਾਲੀ ਦਲ ਦਾ ਵੋਟ ਬੈਂਕ ਇਹਨਾਂ ਨੇ ਸਾਂਭ ਕੇ ਰੱਖਿਆ ਔਰ ਦਰਸ਼ਨ ਸਿੰਘ ਬਰਾੜ ਦਾ ਪੁੱਤ ਕਮਲਜੀਤ ਬਰਾੜ ਆਜ਼ਾਦ ਖੜਾ ਸੀ ਉਹ ਵੀ ਪਿੰਡੂ ਖੇਤਰਾਂ 'ਚੋਂ ਕੁਝ ਵੋਟ ਹਾਸਲ ਕਰਕੇ ਗਿਆ। ਸੋ ਇਸ ਕਰਕੇ ਲੁਧਿਆਣੇ ਦੇ ਵਿੱਚ ਵੀ ਸ਼ਹਿਰਾਂ 'ਚੋਂ ਕੌਣ ਜਿੱਤਿਆ ਪਿੰਡਾਂ 'ਚੋਂ ਕੌਣ ਜਿੱਤਿਆ ਜਿਹੜਾ ਲੀਡਰ ਦੋਵੇਂ ਪਾਸਿਓਂ ਜਿੱਤ ਗਿਆ ਉਹ ਜਿੱਤੂਗਾ ਜੇ ਕੋਈ ਪਿੰਡਾਂ 'ਚੋਂ ਜਿੱਤ ਗਿਆ ਤੇ ਸ਼ਹਿਰਾਂ 'ਚੋਂ ਹਾਰ ਗਿਆ ਪਿੰਡਾਂ 'ਚੋਂ ਨੇ ਮਾਰਜਨ ਕਿੰਨਾ ਕੁ ਹਾਸਲ ਕੀਤਾ ਇਸ ਗੱਲ ਤੇ ਨਿਰਭਰ ਹੈ ਸੋ ਇਸ ਕਰਕੇ ਲੁਧਿਆਣੇ ਦੇ ਵਿੱਚ ਵੀ ਤੁਸੀਂ ਕੋਈ ਦਾਵਾ ਨਹੀਂ ਕਰ ਸਕਦੇ ਕਿ ਕੌਣ ਜਿੱਤੂ ਕਹਿਣ ਨੂੰ ਬਿੱਟੂ ਵਾਲੇ ਕਹੀ ਜਾਂਦੇ ਨੇ ਬਿੱਟੂ ਜਿੱਤੂ ਆਹ ਵਾਲੇ ਕਹਿੰਦੇ ਪੱਪੀ ਜਿੱਤੂ ਕਾਂਗਰਸ ਵਾਲੇ ਕਹਿੰਦੇ ਵੜਿੰਗ ਜਿੱਤੂ ਪਰ ਗੱਲ ਅਸਲ ਦੇ ਵਿੱਚ ਉੱਥੇ ਵੀ ਫਸੀ ਪਈ ਹੈ ਹੁਣ ਇਸੇ ਤਰ੍ਹਾਂ ਜਲੰਧਰ 'ਚ ਚਰਨਜੀਤ ਚੰਨੀ ਪਵਨ ਤੀਨੂ ਔਰ ਭਾਰਤੀ ਜਨਤਾ ਪਾਰਟੀ ਤਿੰਨਾਂ ਦੇ ਵਿੱਚ ਮੁਕਾਬਲਾ ਉੱਥੇ ਵੀ ਇਸੇ ਤਰ੍ਹਾਂ ਦਾ ਪਿੰਡਾਂ 'ਚ ਹੋਰ ਸ਼ਹਿਰਾਂ 'ਚ ਹੋਰ ਮਹਿੰਦਰ ਸਿੰਘ ਕੇਪੀ ਪਿੰਡਾਂ 'ਚ ਟਕੜੇ ਨੇ ਭਾਵੇਂ ਸ਼ਾਹਕੋਟ ਨੇ ਭਾਵੇਂ ਨਕੋਦਰੀਆਂ ਕਰਤਾਰਪੁਰ ਵਾਲੇ ਇਲਾਕੇ ਨੇ ਉੱਥੇ ਉਹ ਵੀ ਮੁਕਾਬਲੇ ਦੇ ਵਿੱਚ ਨੇ ਮਹਿੰਦਰ ਸਿੰਘ ਕੇਪੀ ਸੋ ਜਿਲੰਦਰ ਦੇ ਸੀਟ ਦੇ ਵਿੱਚ ਵੀ ਤੁਸੀਂ ਕੋਈ ਦਾਵਾ ਨਹੀਂ ਕਰ ਸਕਦੇ ਕਿ ਕੌਣ ਜਿੱਤੂਗਾ ਸਚਾਈ ਅੱਜ ਦੀ ਇਹ ਹੈ ਬਠਿੰਡਾ 'ਚ ਦੋ ਗੁਣੀ ਮੁਕਾਬਲਾ ਪਠੰਡਾ ਚ ਜਿਹੜਾ ਮੁਕਾਬਲਾ ਮੈਨੂੰ ਦਿਖਦਾ ਸਿੱਧਾ ਸਿੱਧਾ ਉਹ ਬੀਬੀ ਹਰਸਿਮਰਤ ਕੌਰ ਬਾਦਲ ਔਰ ਆਮ ਆਦਮੀ ਪਾਰਟੀ ਦੇ ਵਿਚਾਲੇ ਦਿਖਦਾ ਦੋ ਕੋਣੀ ਮੁਕਾਬਲਾ ਹੈ ਆਮ ਆਦਮੀ ਪਾਰਟੀ ਔਰ ਬੀਬੀ ਹਰਸਿਮਰਤ ਕੌਰ ਬਾਦਲ ਉਥੇ ਮੈਨੂੰ ਕਾਂਗਰਸ ਔਖੀ ਲੱਗਦੀ ਹੈ ਔਰ ਉਥੇ ਮੈਨੂੰ ਭਾਰਤੀ ਜਨਤਾ ਪਾਰਟੀ ਵੀ ਔਖੀ ਲੱਗਦੀ ਹੈ ਹੁਣ ਹੁਸ਼ਿਆਰਪੁਰ ਦੇ ਵਿੱਚ ਵੀ ਮੈਨੂੰ ਦੋ ਕੋਣੀ ਮੁਕਾਬਲਾ ਦਿਖਦਾ ਜਾਂ ਤਾਂ ਹੁਸ਼ਿਆਰਪੁਰ ਤੋਂ ਜਿੱਤਣਗੇ ਭਾਰਤੀ ਜਨਤਾ ਪਾਰਟੀ ਵਾਲੇ ਜਾਂ ਉਥੋਂ ਆਮ ਆਦਮੀ ਪਾਰਟੀ ਵਾਲੇ ਜਿੱਤ ਸਕਦੇ ਨੇ ਜੋ ਰਿਪੋਰਟਾਂ ਸਾਨੂੰ ਉਥੋਂ ਮਿਲੀਆਂ ਹੈ ਹੁਣ ਫਤਗੜ ਸਾਹਿਬ ਫਤਗੜ ਸਾਹਿਬ ਦੇ ਵਿੱਚ ਵੀ ਸਿੱਧਾ ਮੁਕਾਬਲਾ ਆਮ ਆਦਮੀ ਪਾਰਟੀ ਗੁਰਪ੍ਰੀਤ ਜੀਪੀ ਔਰ ਡਾਕਟਰ ਅਮਰ ਸਿੰਘ ਕਾਂਗਰਸ ਵਿਚਾਲੇ ਦੱਸਿਆ ਜਾ ਰਿਹਾ ਉੱਥੇ ਅਕਾਲੀ ਦਲ ਮੁਕਾਬਲੇ 'ਚ ਹੈ ਪਰ ਉਸ ਸਥਿਤੀ 'ਤੇ ਅਕਾਲੀ ਦਲ ਨੂੰ ਲੋਕ ਮੁਕਾਬਲੇ 'ਚ ਹੋਣ ਦਾ ਦਾਵਾ ਨਹੀਂ ਕਰਦੇ ਪਰ ਮੇਰਾ ਹੀ ਮੰਨਣਾ ਹੈ ਕਿ ਫਤਗੜ ਸਾਹਿਬ ਨੂੰ ਅਸੀਂ ਦੋ ਕੋਣੀ ਮੁਕਾਬਲੇ 'ਚ ਵੀ ਮੰਨ ਸਕਦੇ ਹਾਂ ਤਿੰਨ ਕੋਣੀ ਮੁਕਾਬਲੇ 'ਚ ਵੀ ਮੰਨ ਸਕਦੇ ਹਾਂ ਕਿਉਂਕਿ ਕਿਸੇ ਸਮੇਂ ਸਤਿਗੁਰ ਸਾਹਿਬ ਤੋਂ ਅਕਾਲੀ ਦਲ ਲਗਾਤਾਰ ਜਿੱਤਦਾ ਰਿਹਾ ਬਸੰਤ ਸਿੰਘ ਖਾਲਸਾ ਜਿਹੜੇ ਸਾਬਕਾ ਮੈਂਬਰ ਪਾਰਲੀਮੈਂਟ ਸੀ ਉਹਨਾਂ ਦਾ ਪੁੱਤਰ ਵਿਕਰਮਜੀਤ ਸਿੰਘ ਖਾਲਸਾ ਪਹਿਲਾਂ ਵਿਧਾਇਕ ਵੀ ਰਿਹਾ ਇੰਜੀਨੀਅਰ ਉਹ ਉੱਥੋਂ ਮੁਕਾਬਲੇ ਦੇ ਵਿੱਚ ਹੈ ਕਿ ਮਾਫ ਕਰਨਾ ਇੰਜੀਨੀਅਰ ਨਹੀਂ ਅ ਔਰ ਹੁਣ ਅਗਰ ਅਸੀਂ ਆ ਜਾਈਏ ਅਨੰਦਪੁਰ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਵੀ ਜਿਹੜਾ ਮੁਕਾਬਲਾ ਹੈ ਉਹ ਅਸੀਂ ਮੂਲ ਰੂਪ ਦੇ ਵਿੱਚ ਜਿਹੜਾ ਜਿਹੜੀ ਗੱਲ ਉੱਪਰ ਕੇ ਆਈ ਹੈ आम आदमी पार्टी मलविंदर सिंह कांग और विजयेंद्र सिंगला कांग्रेस पार्टी सो so, अनंतपुर साहब जो भी मुकाबला मलविंदर सिंह कांग आम आदमी पार्टी और विजयेंद्र सिंगला ਦੇ ਵਿੱਚ ਦਿਖ ਰਿਹਾ ਕਿਉਂਕਿ ਪ੍ਰੇਮ ਸਿੰਘ ਚੰਦੂ ਮਾਜਰਾ ਉਥੇ ਤਕੜੇ ਤਾਂ ਨਹੀਂ ਪਰ ਅਕਾਲੀ ਦਲ ਪਿਛਲੇ ਸਮੇਂ ਚ ਉਥੇ ਜਿੱਤਿਆ ਨਹੀਂ ਸੀ ਪ੍ਰੇਮ ਸਿੰਘ ਚੰਦੂ ਮਾਜਰਾ ਇੱਕ ਵਾਰੀ ਉਥੋਂ ਮੈਂਬਰ ਪਾਰਲੀਮੈਂਟ ਰਹੇ ਨੇ ਪਰ ਇਸ ਵਾਰ ਅਕਾਲੀ ਦਲ ਸ਼ਹਿਰੀ ਖੇਤਰਾਂ ਚ ਸ਼੍ਰੀ ਨਨਪੁਰ ਸਾਹਿਬ ਦੇ ਉਨਾ ਪ੍ਰਭਾਵੀ ਨਹੀਂ ਲੱਗਦਾ ਉੱਥੇ ਡਾਕਟਰ ਜਲਜੀਤ ਸਿੰਘ ਚੀਮਾ ਵੀ ਦਾਵੇਦਾਰ ਸੀ ਉਹਨਾਂ ਨੂੰ ਗੁਰਦਾਸਪੁਰ ਭੇਜਿਆ ਗਿਆ ਤੇ ਗੁਰਦਾਸਪੁਰ ਦੇ ਵਿੱਚ ਵੀ ਜਿਹੜੀਆਂ ਰਿਪੋਰਟਾਂ ਨੇ ਉਹ ਮੁਕਾਬਲਾ ਭਾਰਤੀ ਜਨਤਾ ਪਾਰਟੀ ਔਰ ਕਾਂਗਰਸ ਪਾਰਟੀ ਦੇ ਉੱਥੇ ਰੰਧਾਵਾ ਜੀ ਕਾਂਗਰਸ ਪਾਰਟੀ ਦੇ ਔਰ ਜਦੋਂ ਗੱਲ ਅਸੀਂ ਕਰਦੇ ਹਾਂ ਆਮ ਆਦਮੀ ਪਾਰਟੀ ਜਨਤਾ ਪਾਰਟੀ ਦੀ ਤਾਂ ਦਿਨੇਸ਼ ਦਿਨੇਸ਼ ਸਿੰਘ ਬੱਬੂ ਉਹ ਉਥੇ ਮੁੱਖ ਰੂਪ ਚ ਮੁਕਾਬਲੇ ਚ ਲੱਗਦੇ ਨੇ ਸਿਟਿੰਗ ਸੀਟ ਵੀ ਭਾਜਪੀ ਕੋਲੇ ਸੀ ਸਨ ਹੀ ਦੋਲ ਦੀ ਸੋ ਉਥੇ ਅਸੀਂ ਦੋ ਕੋਣੀ ਮੁਕਾਬਲੇ ਦੀ ਗੱਲ ਕਰ ਸਕਦੇ ਆ ਕਿ ਗੁਰਦਾਸਪੁਰ ਦੇ ਵਿੱਚ ਦੋ ਕੋਣੀ ਮੁਕਾਬਲੇ ਦੀ ਸੰਭਾਵਨਾ ਇਹਨਾਂ ਦੋਨਾਂ ਚੋਂ ਕੋਈ ਜਿੱਤ ਸਕਦਾ ਹੁਣ ਜਦੋਂ ਖਡੂਰ ਸਾਹਿਬ ਆਉਨੇ ਆ ਖਡੂਰ ਸਾਹਿਬ ਦੇ ਵਿੱਚ ਜਿਹੜਾ ਮੁਕਾਬਲਾ ਉਹ ਇੰਨ ਕੋਣੀ ਵੀ ਮੰਨ ਸਕਦੇ ਆ ਚਾਰ ਕੋਣੀ ਵੀ ਕਿਉਂਕਿ ਜਦੋਂ ਬੀਬੀ ਖਾਲੜਾ 2019 ਚ ਖੜੇ ਤੇ ਇੱਕ ਪਾਸੇ ਬੀਬੀ ਜ਼ਗੀਰ ਕੌਰ ਅਗਰ ਬੀਬੀ ਖਾਲੜਾ ਤੇ ਬੀਬੀ ਜ਼ਗੀਰ ਕੌਰ ਦੀਆਂ ਅਸੀਂ ਵੋਟਾਂ ਮਿਲਾਉਂਦੇ ਤੇ ਉਹ ਜਿੱਤ ਸਕਦੇ ਸੀ ਦੋਨਾਂ ਚੋਂ ਅਗਰ ਇੱਕ ਦੂਜੇ ਦਾ ਸਮਰਥਨ ਕਰਦੇ ਪਰ ਜਿੱਤ ਗਈ ਕਾਂਗਰਸ ਕਿਉਂਕਿ ਬੀਬੀ ਜ਼ਗੀਰ ਕੌਰ ਔਰ ਬੀਬੀ ਖਾਲੜਾ ਦੀਆਂ ਵੋਟਾਂ ਵੰਡੀਆਂ ਗਈਆਂ ਜਿਹਦੇ ਕਰਕੇ ਜਸਵੀਰ ਸਿੰਘ ਡੇਂਪਾ ਜਿੱਤ ਗਏ ਹੁਣ ਇੱਕ ਵਾਰ ਇਸ ਵਾਰ ਅੰਮ੍ਰਿਤਪਾਲ ਸਿੰਘ ਮੁਕਾਬਲੇ ਦੇ ਵਿੱਚ ਹੈ ਬਿਨਾਂ ਸ਼ੱਕ ਅੰਮ੍ਰਿਤਪਾਲ ਮੁਕਾਬਲੇ ਚ ਹੈ ਪਰ ਵਿਰਸਾ ਸਿੰਘ ਵਲਟੋਹਾ ਨੂੰ ਵੀ ਅਸੀਂ ਬਹੁਤਾ ਕਮਜ਼ੋਰ ਨਹੀਂ ਮੰਨ ਸਕਦੇ ਉਥੋਂ ਦੀਆਂ ਸਥਿਤੀਆਂ ਮੁਤਾਬਕ ਜਿਹੜਾ ਪਾਰਟੀ ਦਾ ਕਾਡਰ ਵੋਟ ਹੈ ਉਹ ਪਾਰਟੀਆਂ ਨੂੰ ਪੈ ਜਾਂਦਾ ਸੋ ਇਸ ਕਰਕੇ ਮੈਂ ਉਥੇ ਇਸ ਵਾਰ ਚਾਰ ਕੋਣੀ ਸਿਟੀ ਮੰਨਦਾ ਉਥੇ ਕਾਂਗਰਸ ਨੰਬਰ 1 ਤੇ ਅੰਮ੍ਰਿਤਪਾਲ ਸਿੰਘ ਨੰਬਰ 2 ਤੇ ਆਮ ਆਦਮੀ ਪਾਰਟੀ ਨੰਬਰ 10 ਤੇ ਕਾਂਗਰਸ ਨੰਬਰ 4 ਤੇ ਵਿਰਸਾ ਸਿੰਘ ਵਲਟੋਹਾ ਮੈਨੂੰ ਇਸ ਤਰੀਕੇ ਦੀ ਸਥਿਤੀ ਉੱਥੇ ਬਣਦੀ ਲੱਗਦੀ ਹੈ ਅਮਰਿਤਪਾਲ ਸਿੰਘ ਨੂੰ ਮੈਂ ਨੰਬਰ 1 ਤੇ ਰੱਖ ਸਕਦਾ ਅਗਰ ਅਮਰਿਤਪਾਲ ਨਹੀਂ ਜਿੱਤਦਾ ਤੇ ਅਮਰਿਤਪਾਲ ਔਰ ਵਿਰਸਾ ਸਿੰਘ ਵਲਟੋਹਾ ਦੀ ਜਿਹੜੀ ਵੋਟ ਇੱਕ ਦੂਜੇ ਦੀ ਜਿਹੜੀ ਹਮਖਿਆਲੀ ਜਾਂ ਪੰਥਕ ਵੋਟ ਹੈ ਜਿਹੜੀ ਡਿਵਾਈਡ ਹੋਣੀ ਹੈ ਉਹਦੇ ਚੋਂ ਆਮ ਆਦਮੀ ਪਾਰਟੀ ਵੀ ਲਾਹ ਹੱਕਟ ਸਕਦੀ ਹੈ ਲਾਭ ਖਟ ਸਕਦੀ ਹੈ ਤੇ ਕਾਂਗਰਸ ਵੀ ਇਸ ਤਰੀਕੇ ਦੀਆਂ ਸਟੀਆਂ ਉੱਥੇ ਮੈਨੂੰ ਬਣਦੀਆਂ ਦੇਖਦੀਆਂ ਹੁਣ ਇਸੇ ਤਰ੍ਹਾਂ ਦੀ ਸਥਿਤੀ ਸੰਗਰੂਰ ਚ ਹੈ ਹੁਣ ਸੰਗਰੂਰ ਚ ਸਿਮਰਨਜੀਤ ਸਿੰਘ ਮਾਨ ਔਰ ਸੁਖਪਾਲ ਖਹਿਰਾ ਇਹ ਦੋਵੇਂ ਸਾਡੀ ਪਿੰਡੂ ਵੋਟ ਵੀ ਕਟਣਗੇ ਔਰ ਕਿਤਨਾ ਕਿਤੇ ਮਲੇਰ ਕੋਟਲਾ ਸ਼ਹਿਰ ਦੀ ਵੋਟ ਵੀ ਦੋਵੇਂ ਹਾਸਲ ਕਰਨਗੇ ਇਹਨਾਂ ਹਾਲਾਤਾਂ ਚ ਸੰਗਰੂਰ ਚ ਇੱਕ ਵਾਰ ਫੇਰ ਮੈਂ ਆਮ ਆਦਮੀ ਪਾਰਟੀ ਨੂੰ ਉੱਤੇ ਰੱਖਦਾ ਸੋ ਆਮ ਆਦਮੀ ਪਾਰਟੀ ਨਾਲ ਮੁਕਾਬਲਾ ਕਰਨਗੇ ਸੁਖਪਾਲ ਖਹਿਰਾ ਸਿਮਰਨਜੀਤ ਸਿੰਘ ਮਾਨ ਬੀਜੇਪੀ ਸ਼ਹਿਰੀ ਖੇਤਰ ਜੋ ਉਥੇ ਵੋਟ ਹਾਸਲ ਕਰੇਗੀ ਪਰ ਬੀਜੇਪੀ ਸੰਗਰੂਰ ਚੋਂ ਜਿੱਤ ਤੋਂ ਬਹੁਤ ਦੂਰ ਮੈਨੂੰ ਲੱਗਦਾ ਰਹੇਗੀ ਸੋ ਜਿੱਤ ਆਮ ਆਦਮੀ ਪਾਰਟੀ ਸਿਮਰਨਜੀਤ ਸਿੰਘ ਮਾਨ ਔਰ ਫੇਰ ਖੈਰਾ ਸੋ ਇਸ ਤਰ੍ਹਾਂ ਦੇ ਸਮਿਕਰਣ ਮੈਨੂੰ ਸੰਗਰੂਰ ਤੋਂ ਲੱਗਦੇ ਨੇ ਪਰ ਇਸੇ ਤਰ੍ਹਾਂ ਜਦੋਂ ਅਸੀਂ ਫਰੀਦਕੋਟ ਦੀ ਗੱਲ ਕਰਦੇ ਆਂ ਤੇ ਉੱਥੇ ਆਮ ਆਦਮੀ ਪਾਰਟੀ ਔਰ ਕਾਂਗਰਸ ਪਾਰਟੀ ਦੇ ਵਿਚਾਲੇ ਮੁਕਾਬਲਾ ਹੈ ਲੇਕਿਨ ਉੱਥੇ ਅਕਾਲੀ ਦਲ ਨੂੰ ਵੀ ਅਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ ਹੰਸ ਰਾਜ ਹੰਸ ਦੀ ਸਥਿਤੀ ਮੈਨੂੰ ਉੱਥੇ ਸ਼ਹਿਰ ਦੇ ਵਿੱਚ ਠੀਕ ਹੈ ਪਰ ਪਿੰਡਾਂ ਚੋਂ ਕਿਸਾਨੀ ਵੋਟ ਮੈਨੂੰ ਨਹੀਂ ਲੱਗਦਾ ਕਿ ਹੰਸ ਰਾਜ ਹੰਸ ਨੂੰ ਜ਼ਿਆਦਾ ਭੁਗਤੀ ਹੋਏਗੀ ਸੋ ਉੱਥੇ 1 ਨੰਬਰ ਤੇ ਆਮ ਆਦਮੀ ਪਾਰਟੀ ਸੋ ਕਰਮਜੀਤ ਤਨਮੋਲ ਉੱਥੇ ਮੈਨੂੰ ਅੱਗੇ ਲੱਗਦੇ ਨੇ 1 ਨੰਬਰ ਤੇ ਔਰ ਜਦੋਂ ਫਿਰੋਜ਼ਪੁਰ ਫਿਰੋਜ਼ਪੁਰ ਦੇ ਵਿੱਚ ਇੱਕ ਵਾਰ ਫੇਰ ਮੈਨੂੰ ਲੱਗਦਾ ਹੈ ਕਿ ਸ਼ੇਰ ਸਿੰਘ ਬਾਯਾ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਔਰ ਆਮ ਆਦਮੀ ਪਾਰਟੀ ਦੇ ਵਿੱਚ ਟਕੋਣੀ ਟੱਕਰ ਹੈ ਕੋਈ ਵੀ ਇਹਨਾਂ ਦੇ ਵਿੱਚੋਂ ਅੱਗੇ ਨਿਕਲ ਸਕਦੇ ਨਹੀਂ ਸੋ ਅਸਲ ਸਥਿਤੀਆਂ ਜਿਹੜੀਆਂ ਪੰਜਾਬ ਦੀਆਂ ਨੇ ਉਹ ਇਸ ਤਰ੍ਹਾਂ ਦੀਆਂ ਬਣੀਆਂ ਹੋਈਆਂ ਨੇ ਸੋ ਦੋ ਪਾਰਟੀਆਂ ਵੱਡੀਆਂ ਬਣ ਕੇ ਉੱਭਰ ਸਕਦੀਆਂ ਨੇ ਪੰਜਾਬ 'ਚ ਆਮ ਆदमी ਪਾਰਟੀ ਸਭ ਤੋਂ ਵੱਧ ਸੀਟਾਂ ਜਿੱਤ ਸਕਦੀ ਹੈ ਜਾਂ ਕਾਂਗਰਸ ਸਭ ਤੋਂ ਵੱਧ ਸੀਟਾਂ ਜਿੱਤ ਸਕਦੀ ਹੈ ਹੁਣ ਜਿਹੜੇ ਨਤੀਜੇ ਆਉਣੇ ਨੇ ਜਾਂ ਤਾਂ ਕਾਂਗਰਸ ਪੰਜਾਬ 'ਚ ਨੰਬਰ 1 ਦੀ ਪਾਰਟੀ ਬਣੂ ਜਾਂ ਕਾਂਗਰਸ ਨੰਬਰ 1 ਦੀ ਪਾਰਟੀ ਬਣੂ ਇਹਨਾਂ ਦੋਨਾਂ 'ਚ ਨੰਬਰ 1 ਦਾ ਕੰਪੀਟੀਸ਼ਨ ਹੈ ਔਰ ਇਸ ਤੋਂ ਬਾਅਦ ਅਕਾਲੀ ਦਲ ਬਠਿੰਡੇ ਤੋਂ ਮજબૂત ਹੈ ਔਰ ਮੈਨੂੰ ਲੱਗਦਾ ਹੈ ਬੀਬੀ ਹਰਸ਼ਮਰਤ ਕੌਰ ਬਾਦਲ ਬਠਿੰਡਾ ਦੀ ਸੀਟ ਅਕਾਲੀ ਦਲ ਨੂੰ ਦਵਾ ਸਕਦੇ ਨੇ ਔਰ ਭਾਰਤੀ ਜਨਤਾ ਪਾਰਟੀ ਜਿਹੜੀਆਂ ਮੈਂ 3-4 ਸ਼ਹਿਰਾਂ ਦੀਆਂ ਸੀਟਾਂ ਦਸੀਆਂ ਅੰਮ੍ਰਿਤਸਰ ਲੁਧਿਆਣਾ ਜਲੰਧਰ ਪਟਿਆਲਾ ਇਹ ਚਾਰ ਸੀਟਾਂ ਨੇ ਔਰ ਗੁਰਦਾਸਪੁਰ ਇਹਨਾਂ ਦੇ ਵਿੱਚ ਮੁਕਾਬਲੇ ਦੇ ਵਿੱਚ ਹੈ ਔਰ 6ਵੀਂ ਸੀਟ ਹੁਸ਼ਿਆਰਪੁਰ ਹੁਣ ਕੀ ਭਾਰਤੀ ਜਨਤਾ ਪਾਰਟੀ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਦੀ ਵੋਟ ਹਾਸਲ ਕਰਦੀ ਹੈ ਕੀ ਭਾਰਤੀ ਜਨਤਾ ਪਾਰਟੀ ਸ਼ਹਿਰਾਂ ਚ 50% ਵੋਟ ਹਾਸਲ ਕਰ ਲੇਗੀ ਮਤਲਬ ਕਿ ਹਰ ਦੂਸਰੇ ਸ਼ਹਿਰੀ ਨੇ ਕੀ ਬੀਜੇਪੀ ਨੂੰ ਵੋਟ ਪਾਈ ਹੈ ਇਕਤਾਅ ਸਥਿਤੀਆਂ ਨੇ ਜਦੋਂ ਬੀਜੇਪੀ ਜਿੱਤ ਸਕਦੀ ਹੈ ਕਿ ਸ਼ਹਿਰਾਂ ਚ ਹਰ ਦੂਸਰੇ ਵਿਅਕਤੀ ਨੇ ਬੀਜੇਪੀ ਨੂੰ ਵੋਟ ਪਾਤੀ ਇਹ ਲੱਗਦਾ ਨਹੀਂ ਕਿ ਭਾਰਤੀ ਜਨਤਾ ਪਾਰਟੀ ਸ਼ਹਿਰੀ ਖੇਤਰਾਂ ਚ 40% ਵੋਟ ਸ਼ੇਅਰ ਹਾਸਲ ਕਰ ਲੇਗੀ ਅਗਰ ਬੀਜੇਪੀ 40% ਵੋਟ ਸ਼ੇਅਰ ਹਾਸਲ ਕਰਦੀ ਹੈ ਸ਼ਹਿਰਾਂ ਚ ਤੇ ਫਿਰ ਅਗਰ ਉਹਨਾਂ ਨੂੰ ਪਿੰਡਾਂ ਚੋਂ ਵੋਟ ਕੱਟਦੀ ਵੀ ਹੈ ਕਿਉਂਕਿ ਪਿੰਡਾਂ 'ਚ ਫਿਰ ਚਾਰ ਕੁਣੀ ਤਿੰਨ ਕੁਣੀ ਮੁਕਾਬਲੇ ਵੀ ਨੇ ਤੇ ਫਿਰ ਬੀਜੇਪੀ ਪੰਜਾਬ 'ਚ ਇੱਕ ਅੱਧੀ ਸੀਟ ਜਿੱਤਣ ਵਾਲੇ ਪਾਸੇ ਸੋਚ ਸਕਦੀ ਹੈ ਬੀਜੇਪੀ ਮੈਂ ਨਹੀਂ ਕਹਿੰਦਾ ਬੀਜੇਪੀ ਕੋਈ ਸੀਟ ਜਿੱਤ ਗਈ ਬੀਜੇਪੀ 1 2 ਸੀਟਾਂ ਜਿੱਤਣ ਬਾਰੇ ਸੋਚ ਸਕਦੀ ਹੈ ਅਗਰ ਸ਼ਹਿਰਾਂ 'ਚ ਬੀਜੇਪੀ 35 40 40% ਵੋਟ ਸ਼ੇਅਰ ਹਾਸਲ ਕਰਦੀ ਹੈ ਫਿਰ ਇਸ ਕਰਕੇ ਬਹੁਤ ਫਸਮੀ ਪੰਜਾਬ 'ਚ ਟੱਕਰ ਹੈ ਕੋਈ ਵੀ ਪਾਰਟੀ ਮੈਨੂੰ 8 ਸੀਟਾਂ ਤੋਂ ਜ਼ਿਆਦਾ ਆਪਣੇ ਦਮ ਤੇ ਜਿੱਤ ਦੀ ਨਜ਼ਰ ਨਹੀਂ ਆ ਰਹੀ। ਸੋ ਪੰਜਾਬ 'ਚ ਜੇ ਕੋਈ ਵੀ ਪਾਰਟੀ ਵੱਧ ਤੋਂ ਵੱਧ ਸੀਟਾਂ ਜਿੱਤਦੀ ਹੈ ਮੈਨੂੰ ਲੱਗਦਾ ਉਹ 8 ਤੋਂ ਵੱਧ ਨਹੀਂ ਹੋਣਗੀਆਂ। ਭਾਵੇਂ ਆਮ ਆਦਮੀ ਪਾਰਟੀ ਹੈ ਭਾਵੇਂ ਕਾਂਗਰਸ ਹੈ। ਪਰ ਇਸ ਦੇ ਬਾਵਜੂਦ ਮੈਂ ਇੱਕ ਵਾਰੀ ਫੇਰ ਕਹਦਾ ਐਨੀ ਫਸਮੀ ਟੱਕਰ ਹਰਜੋਜੀ ਹੋਈ ਆ ਪੰਜਾਬ 'ਚ। ਜਿੱਤ ਹਾਰ ਦੇ ਅੰਕੜੇ ਵੋਟਾਂ ਬਹੁਤ ਘਟ ਰਹਿਣਗੇ। ਮੈਨੂੰ ਡਰ ਹੈ ਵੀ ਕਿਤੇ 1000 1500 ਤੇ ਨਾ ਕੋਈ ਕੈਂਡੀਡੇਟ ਜਿੱਤੇ। ਕਿਉਂਕਿ ਲੋਕ ਸਭਾ ਚੋਣਾਂ ਚ ਆਮ ਤੌਰ ਤੇ 25000 50000 70000 ਲੱਖ ਲੱਖ ਤੋਂ ਉੱਪਰ ਇਸ ਤਰ੍ਹਾਂ ਰਿਜ਼ਲਟ ਆਉਂਦੇ ਨੇ ਪਰ ਇਸ ਵਾਰ ਇੰਨੀ ਫਸਮੀ ਟੱਕਰ ਹੈ ਕਿ ਬਹੁਤ ਘੱਟ ਮਾਰਜਨ ਤੇ ਪੋਲਿਟੀਕਲ ਪਾਰਟੀਆਂ ਦੇ ਕੈਂਡੀਡੇਟ ਜਿੱਤਣਗੇ ਸੋ ਇਸ ਕਰਕੇ ਸਾਰੇ ਖੁਸ਼ ਨੇ ਹਾਲ ਦੀ ਘੜੀ ਜਿਹਨੂੰ ਜਿਹਦਾ ਸਰਵੇਖਣ ਠੀਕ ਲੱਗਦਾ ਉਹ ਖੁਸ਼ ਹੋ ਜਾਂਦਾ ਹੈ ਭੰਗੜੇ ਪਾਉਣ ਲੱਗ ਜਾਂਦਾ ਹੈ ਤੇ ਜਦੋਂ ਕਿਸੇ ਦੂਸਰੇ ਚੈਨਲ ਦਾ ਸਰਵੇਖਣ ਦੇਖਦਾ ਹੈ ਤੇ ਥੋੜਾ ਜਿਹਾ ਮਨ ਉਦਾਸ ਹੋ ਜਾਂਦਾ ਪੁੱਜ ਜਾਂਦਾ ਫਿਰ ਮਾਨੂੰ ਤਸੱਲੀ ਦੰਦੇ ਨੇ ਵੀ ਇਸੇ ਚੈਨਲ ਦਾ ਸਰਵੇਖਣ ਠੀਕ ਰਹੂਗਾ ਸੋ ਇਸ ਕਰਕੇ ਅਸੀਂ ਜਿਹੜੀ ਜ਼ਮੀਨੀ ਹਕੀਕਤ ਹੈ ਉਹ ਸਾਂਝੀ ਕਰ ਰਹੇ ਹਾਂ ਕਿ ਲੋਕਾਂ ਨੇ ਆਪਣੇ ਮਨ ਦੀ ਗੱਲ ਕਿਸੇ ਨਾਲ ਨਹੀਂ ਕੀਤੀ ਵੋਟਾਂ ਵੀ ਪਾਈਆਂ ਨੇ ਅੱਜ ਤੱਕ ਜਿਹੜਾ ਵੋਟ ਪਰਸੈਂਟੇਜ ਸੀ ਪਿਛਲੇ 4 ਲੋਕ ਸਭਾ ਦਾ 2004 2009 2014 2019 ਕਦੇ ਵੀ ਪੰਜਾਬ 'ਚ ਜਿਹੜੀਆਂ ਵੋਟਾਂ ਨੇ ਇਹ ਪਿਛਲੇ 4 ਲੋਕ ਸਭਾ ਦੀਆਂ ਉਨ੍ਹਾਂ ਦੇ ਵਿੱਚ ਵੋਟ ਪਰਸੈਂਟੇਜ ਹੈ ਜਿਹੜਾ ਉਹ 61% ਤੋਂ ਘਟ ਨਹੀਂ ਰਿਹਾ 71% ਵੀ ਪਈਆਂ 65% ਵੀ ਪਈਆਂ 67% ਵੀ ਪਈਆਂ 61% ਵੀ ਪਈਆਂ ਸੋ 5 ਵਜੇ ਤੱਕ 58% ਸੀ ਰਾਤੋਂ ਰਾਤ ਆਂਕੜਾ ਅਪਡੇਟ ਹੋਏਗਾ ਸੋ ਅੱਜ ਦੁਪਹਿਰ ਵਾਲੇ ਪ੍ਰੋਗਰਾਮ 'ਚ ਰਜੀਵ ਭਾਸਕਰ ਜੀ ਦੇ ਨਾਲ ਅਸੀਂ ਗੱਲ ਸਾਂਝੀ ਕਰਾਂਗੇ ਕਿ ਪੰਜਾਬ 'ਚ VOTING ਕਿੰਨੇ ਪਰਸੈਂਟ ਦੀ ਹੁਣ ਅਗਰ VOTING 40% ਤੋਂ ਘਟ ਰਹੀ ਦੀ ਹੈ ਜਾਂ 65% ਤੋਂ ਘਟ ਰਹੀ ਦੀ ਹੈ ਤੇ ਇਹ ਸਾਰੇ ਮੁਕਾਬਲੇ ਹੋਰ ਫਸਵੇਂ ਹੋ ਜਾਣੇ ਨੇ ਫਿਰ ਇਹ ਦੇਖਣ ਵਾਲੀ ਗੱਲ ਰਣੀ ਹੈ ਕਿ ਸ਼ਹਿਰਾਂ 'ਚ ਵੋਟਾਂ ਵੱਧ ਪਈਆਂ ਜਾਂ ਪਿੰਡਾਂ 'ਚ ਜੇ ਸ਼ਹਿਰਾਂ 'ਚ ਵੋਟਾਂ ਵੱਧ ਪਈਆਂ ਅੰਮ੍ਰਿਤਸਰ ਲੁਧਿਆਣਾ ਜਲੰਧਰ ਪਟਿਆਲਾ ਹੁਸ਼ਿਆਰਪੁਰ ਗੁਰਦਾਸਪੁਰ ਇਨ੍ਹਾਂ ਸ਼ਹਿਰਾਂ 'ਚ ਵੋਟਾਂ ਕਿੰਨੀਆਂ ਕੁ ਵੱਧ ਪਈਆਂ ਅਗਰ ਇਨ੍ਹਾਂ ਸ਼ਹਿਰਾਂ 'ਚ ਵੋਟਾਂ ਜ਼ਿਆਦਾ ਵੱਧ ਪਈਆਂ ਫਿਰ ਬੀਜੇਪੀ ਇਹਨਾਂ ਸ਼ਹਿਰਾਂ ਚ ਕਿਤੇ ਕਿਤੇ ਮੁਕਾਬਲੇ ਚ ਆ ਸਕਦੀ ਹੈ ਪਰ ਜਿੱਤੂਗੀ ਬੀਜੇਪੀ ਉਹ ਸੀਟ ਜਿੱਥੇ ਬੀਜੇਪੀ ਪਿੰਡਾਂ ਚ ਵੀ ਵੋਟ ਹਾਸਲ ਕਰੂਗੀ ਜਾਂ 40% ਤੋਂ ਉੱਪਰ ਵੋਟ ਸ਼ੇਅਰ ਹਾਸਲ ਕਰੇਗੀ ਉਂਝ ਜਿਵੇਂ ਮੋਟੀ ਮੋਟੀ ਗੱਲ ਕਰਾਂ ਜੋ ਮੇਰਾ ਅਨੁਮਾਨ ਕਹਿੰਦਾ ਹੈ ਜੋ ਵਿਸ਼ਲੇਸ਼ਣ ਕਹਿੰਦਾ ਕੋਈ ਵੀ ਪਾਰਟੀ ਹਰਜੋਜੀ ਅਗਰ ਕਿਸੇ ਸੀਟ ਤੇ ਵੀ 25% ਵੋਟਾਂ ਲੈ ਜਾਂਦੀ ਹੈ ਤੇ ਉਹ ਮੁਕਾਬਲੇ ਚ ਰਹੂਗੀ ਉਹ ਜਿੱਤ ਵੀ ਸਕਦੀ ਹੈ ਫਿਰ ਸੋ ਅਗਰ 25 ਤੋਂ 30% ਕੋਈ ਪਾਰਟੀ ਲੈ ਕੇ ਜਾਂਦੀ ਹੈ ਕਿਸੇ ਸੀਟ ਤੋਂ ਫਿਰ ਉਹ ਮੁਕਾਬਲੇ ਚ ਹੋਏਗੀ ਪੂਰੀ ਤਰ੍ਹਾਂ ਔਰ ਅਗਰ ਕੋਈ ਪਾਰਟੀ 35% ਵੋਟਾਂ ਲੈ ਕੇ ਜਾਂਦੀ ਹੈ ਹਰ ਸੀਟ ਤੋਂ ਉਹ ਪੰਜਾਬ ਚ ਸਭ ਤੋਂ ਵੱਧ ਸੀਟਾਂ ਜਿੱਤ ਸਕਦੀ ਹੈ ਸੋ ਇਹ ਮੇਰੇ ਜਿਹੜੇ ਨੇ ਇਹ ਸਾਰੇ ਜਿਹੜੇ ਸਰਵੇਖਣ ਨੇ ਉਹਨਾਂ ਨੂੰ ਇੱਕ ਪਾਸੇ ਰੱਖ ਕੇ ਆਪਾਂ ਜਿਹੜਾ ਇਹ ਵਿਸ਼ਲੇਸ਼ਣ ਹੈ ਆਪਾਂ ਇਹਨੂੰ ਕੋਈ ਸਰਵੇਖਣ ਨਹੀਂ ਕਹਿੰਦੇ ਕੋਈ ਸਰਵੇਖਣ ਨਹੀਂ ਇਹ ਵਿਸ਼ਲੇਸ਼ਣ ਹੀ ਹੈ ਕਿ ਪੰਜਾਬ ਦੇ ਜਿਹੜੇ ਲੋਕਾਂ ਨੇ ਵੋਟਾਂ ਪਾਈਆਂ ਅਸੀਂ ਉਹਨੂੰ ਸਤਿਕਾਰ ਕਰੀਏ ਪੰਜਾਬ ਦੇ ਲੋਕਾਂ ਦਾ ਜਿਹੜਾ ਮੰਡੇਟ ਹੈ ਜਿਹੜਾ ਉਹਨਾਂ ਦਾ ਫੈਸਲਾ ਹੈ ਉਹ ਬੜਾ ਪਵਿੱਤਰ ਫੈਸਲਾ ਹੈ ਸੋ ਇਸ ਕਰਕੇ ਆਪਾਂ ਬਿਲਕੁਲ ਨਹੀਂ ਪਟਕਾਉਣਾ ਕਿ ਇੱਥੋਂ ਆਹ ਪਾਰਟੀ ਜਿੱਤ ਜੂ ਇੱਥੋਂ ਆਹ ਪਾਰਟੀ ਜਿੱਜੂ ਸੋ ਫਸਵੀਂ ਟੱਕਰ ਹੈ ਇਸੇ ਗੱਲ ਦੇ ਨਾਲ ਹੀ ਇਹ ਪਹਿਲਾ ਸਵਾਲ ਹੈ ਜਿਹੜਾ ਤੁਹਾਡਾ ਇਹਨੂੰ ਮੈਂ ਪੂਰਨ ਕਰਦਾ ਜੀ ਬਿਲਕੁਲ ਸਹੀ ਗੱਲ ਹੈ ਕਿਉਂਕਿ ਜਿਹੜਾ ਜੀ ਅਸੀਂ ਹਰ ਵਾਰੀ ਜਦੋਂ ਇਲੈਕਸ਼ਨਸ ਹੁੰਦੀਆਂ ਕਈ ਤਰ੍ਹਾਂ ਦੇ ਐਗਜ਼ਿਟ ਪੋਲ ਸਾਹਮਣੇ ਆਉਂਦੇ ਆ ਪਰ ਜਦੋਂ ਨਤੀਜੇ ਹੁਣ ਆਉਂਦੇ ਨੇ ਤਾਂ ਐਗਜ਼ਿਟ ਪੋਲ ਜੋ ਹੈ ਧਰੇ ਦੇ ਤਰ੍ਹਾਂ ਆਈ ਰਹੇ ਹੁੰਦੇ ਨੇ ਉਹ ਅਨੁਮਾਨ ਪਿੱਛੇ ਕਿਤੇ ਰਹਿੰਦੇ ਨੇ ਜਿਹੜਾ ਜਨਤਾ ਦਾ ਫੈਸਲਾ ਹੁੰਦਾ ਉਹ ਵੱਖਰਾ ਹੀ ਨਜ਼ਰ ਆਉਂਦਾ ਸੋ ਹੁਣ 4 ਤਰੀਕ ਦੀ ਇੰਤਜ਼ਾਰ ਜੋ ਹੈ ਸਭ ਨੂੰ ਹੀ ਹੈ ਨਤੀਜਿਆਂ ਦਾ ਇੰਤਜ਼ਾਰ ਸਭ ਨੂੰ ਹੀ ਰਹਿਣ ਵਾਲਾ ਹੈ ਪਰ ਆ ਵੋਟ ਫੀਸਰ ਦੀ ਜਦ ਗੱਲ ਕਰਦੇ ਆ ਗਰਮੀ ਕਾਰਨ ਬਣ ਸਕਦਾ ਹੈ ਕਿ ਵੋਟ ਫੀਸਰ ਥੋੜਾ ਘੱਟ ਰਹਿ ਗਿਆ ਹੋਵੇ ਗਰਮੀ ਬਹੁਤ ਜ਼ਿਆਦਾ ਸੀ ਪਰ ਫ ਟਾਈਮ ਖਤਮ ਹੋਣ ਵਾਲਾ ਸੀ ਉਹਨੇ ਰੱਬ ਨੇ ਵੀ ਜੋ ਹੈ ਮੌਸਮ ਵਧੀਆ ਕਰ ਦਿੱਤਾ ਸੀ ਤਾਂ ਕਿ ਜਿਹੜੇ ਸਿਰਫ ਮੌਸਮ ਕਰਕੇ ਘਰੇ ਬੈਠੇ ਨੇ ਕਿ ਵੋਟ ਨਹੀਂ ਪਾਣੀ ਗਰਮੀ ਬਹੁਤ ਹੈ ਉਹਨਾਂ ਲਈ ਮੌਸਮ ਵੀ ਤੇ ਮિજાਜ ਵੀ ਬਦਲ ਗਏ ਸੀ ਮੌਸਮ ਠੰਡਾ ਹੋ ਗਿਆ ਸੀ ਕਿ ਜਾਓ ਵੋਟ ਪਾਇਆਓ ਆਪਣੇ ਹੱਕ ਦਾ ਜਿਹੜਾ ਤੁਹਾਡਾ ਹੱਕ ਹੈ ਉਸ ਦਾ ਇਸਤੇਮਾਲ ਜ਼ਰੂਰ ਕਰਕੇ ਆਓ ਸੋ ਡੋਲਾ ਜੀ ਜਿਵੇਂ ਆਪਾਂ ਗੱਲ ਤੋੜੀ ਹੋਈ ਹੈ ਐਗਜ਼ਿਟ ਪੋਲ ਦੀ ਹੀ ਇਹ ਤਾਂ ਆਪਾਂ ਪੰਜਾਬ ਦੀ ਗੱਲ ਕਰ ਰਹੇ ਸੀ ਪਰ ਆਪਾਂ ਆਪਣੇ ਦੇਸ਼ ਦੀ ਜਿਵੇਂ ਗੱਲ ਕਰੀਏ ਪੂਰਨ ਤੌਰ ਤੇ ਜਿਹੜੇ ਨਤੀਜਿਆਂ ਦੀ ਗੱਲ ਕਰੀਏ ਤਾਂ ਜਿਹੜੇ ਮੁਲਕ ਨੂੰ ਲੈ ਕੇ ਜਿਹੜੇ ਸਰਵੇਖਣ ਐਗਜ਼ਿਟ ਪੋਲ ਆ ਰਹੇ ਨੇ ਉਸ ਦੇ ਵਿੱਚ ਵੀ ਬੀਜੇਪੀ ਦੀ ਜਿੱਤ ਨੂੰ ਦਿਖਾਇਆ ਜਾ ਰਿਹਾ ਹੈ ਇਸ ਨੂੰ ਇਸ ਦੇ ਬਾਰੇ ਤੁਸੀਂ ਕੀ ਕਹੋਗੇ ਪੰਜਾਬ ਬਾਰੇ ਤਾਂ ਤੁਸੀਂ ਗੱਲ ਕੀਤੀ ਹੈ ਵਿਸ਼ਲੇਸ਼ਣ ਤੁਸੀਂ ਜੋ ਹੈ ਆਪਣਾ ਸਾਂਝਾ ਕੀਤਾ ਹੈ ਪਰ ਜਦੋਂ ਆਪਾਂ ਮੁਲਕ ਦੀ ਗੱਲ ਕਰਦੇ ਹਾਂ ਉੱਥੇ ਤੁਸੀਂ ਕੀ ਕਹੋਗੇ ਦੇਖੋ ਮੁਲਕ ਦੇ ਵੀ ਜਿਹੜੇ ਵੱਖ-ਵੱਖ ਸਰਵੇਖਣ ਨੇ ਉੱਥੇ ਕਿਤੇ ਬੀਜੇਪੀ ਨੂੰ 300 ਪਾਰ ਕਿਤੇ 350 ਪਾਰ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ ਔਰ ਮੈਂ ਇੱਕ ਵਾਰੀ ਫੇਰ ਕਹੂੰਗਾ ਕਿ ਜਦੋਂ ਅਟਲ ਵਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਸੀ ਪ੍ਰਮੋਦ ਮਹਾਜਨ ਸੂਚਨਾ ਪ੍ਰਸਾਰਣ ਮੰਤਰੀ ਸੀ ਉਦੋਂ ਵੀ ਬੀਜੇਪੀ ਨੇ ਸ਼ਾਈਨਿੰਗ ਇੰਡੀਆ ਦੀ ਗੱਲ ਕਰਕੇ ਬਹੁਤ ਵੱਡੀ ਜਿੱਤ ਦਾ ਦਾਵਾ ਕੀਤਾ ਸੀ ਸਰਵੇਖਣ ਬੀਜੇਪੀ ਨੂੰ ਜੇਤੂ ਦਿਖਾਉਂਦੇ ਸੀ ਬੀਜੇਪੀ ਜਿੱਤੀ ਨਹੀਂ 2014 ਚ ਬੀਜੇਪੀ ਜਿੱਤੀ ਕਿਉਂਕਿ ਉਦੋਂ ਇੱਕ ਤਾਂ 15 ਲੱਖ ਖਾਤਿਆਂ ਵਾਲੇ ਚ ਗੱਲ ਚੱਲ ਪਈ ਵੀ 15 ਲੱਖ ਖਾਤਿਆਂ ਚ ਪਹਿਣਗੇ ਜਿਵੇਂ ਪੰਜਾਬ ਚ ਇਸ ਵਾਰ ਪੂਰੇ ਦੇਸ਼ ਚ ਕਾਂਗਰਸ ਨੇ ਕਿਹਾ ਹੈ ਵੀ ਅਸੀਂ ਮਹਿਲਾਵਾਂ ਦੇ ਖਾਤੇ 'ਚ 1 ਲੱਖ ਪਾਵਾਂਗੇ ਭਾਈ ਕਿੱਥੋਂ ਪਾਵਾਂਗੇ ਤਾਂ ਦੱਸ ਦੋ ਜੇ ਪਾਉਣਗੇ ਤੇ ਸਾਡੇ ਖਾਤਿਆਂ 'ਚੋਂ ਕੱਢ ਕੇ ਪਾਉਣਗੇ ਨਾ ਜੀ ਇਹ ਇੰਡੀਆ ਗੱਠਜੋੜ ਵਾਲਿਆਂ ਨੇ ਕਿਸੇ ਆਪਣੇ ਖਾਤੇ 'ਚੋਂ ਥੋੜੀ ਪਾਉਣੇ ਆ ਸੋ ਜਦੋਂ ਵੱਡੇ ਵੱਡੇ ਪੋਲਿਟਿਕਲ ਪਾਰਟੀਆਂ ਲਾਰੇ ਲਾ ਦਿੰਦੀਆਂ ਨੇ ਤੇ ਕਈ ਵਾਰੀ ਵੋਟ ਸ਼ਿਫਟ ਹੁੰਦੀ ਹੈ ਹੁਣ ਜਦੋਂ ਭਾਜਪਾ ਦੀ ਗੱਲ ਕਰਦੇ ਆ ਭਾਰਤੀ ਜਨਤਾ ਪਾਰਟੀ ਦੇ ਹੱਕ 'ਚ ਕਈ ਸਰਵੇਖਣ ਸਾਨੂੰ ਦਿਖਦੇ ਨੇ ਭਾਜਪਾ ਨੂੰ ਇਹ ਲੱਗਦਾ ਹੈ ਕਿ ਜਿਹੜਾ ਬਹੁਤ ਵੱਡਾ ਮੁੱਦਾ ਅਸੀਂ ਪੂਰਾ ਕੀਤਾ ਹੈ ਸ਼੍ਰੀ ਰਾਮ ਮੰਦਰ ਦਾ ਨਿਰਮਾਣ ਕੀਤਾ ਉਹਦੇ ਕਰਕੇ ਸਾਨੂੰ ਇੱਕ ਭਾਈਚਾਰੇ ਵਿਸ਼ੇਸ਼ ਦੀਆਂ ਵੋਟਾਂ ਦੱਬ ਕੇ ਪੈਣਗੀਆਂ ਔਰ ਜਿਹੜੇ ਸਰਵੇਖਣ ਕਰਨ ਵਾਲੇ ਨੇ ਮੈਨੂੰ ਲੱਗਦਾ ਉਹਨਾਂ ਨੇ ਵੀ ਇਸ ਗੱਲ ਨੂੰ ਆਧਾਰ ਬਣਾਇਆ ਕਿ ਇੰਨਾ ਵੱਡਾ ਕੰਮ ਕੀਤਾ ਬੀਜੇਪੀ ਨੇ ਇਹ ਵੋਟਾਂ ਪੈ ਸਕਦੀਆਂ ਨੇ ਮੈਨੂੰ ਲੱਗਦਾ ਕਿ ਜਿਹੜੇ ਅਸਲ ਮੁੱਦੇ ਨੇ ਉਹ ਬਹੁਤ ਵੱਡੇ ਰਹੇ ਮਹਿੰਗਾਈ ਬਹੁਤ ਵੱਡਾ ਮੁੱਦਾ ਹੈ ਬੇਰੁਜ਼ਗਾਰੀ ਬਹੁਤ ਵੱਡਾ ਮੁੱਦਾ ਦੇ ملک ਦੇ ਵਿੱਚ ਔਰ ਭਾਈਚਾਰਿਆਂ ਦੇ ਵਿੱਚ ਜਿਹੜੇ ਜਿਹੜੇ ਤਿੱਖੇ ਬਿਆਨ ਕੋੜੇ ਬਿਆਨ ਲੀਡਰਾਂ ਨੇ ਦਿੱਤੇ ਨੇ ਭਾਈਚਾਰਿਆਂ ਤੇ ਉਹ ਵੀ ਮੈਨੂੰ ਲੱਗਦਾ ਪ੍ਰਭਾਵ ਪਾਉਣਗੇ ਬਹੁਤ ਜ਼ਿਆਦਾ ਪਰ ਮੈਂ ਗੱਲ ਸੁਣ ਰਿਹਾ ਸੀ ਦੇਖੋ ਇੱਕ ਪਾਸੇ ਤਾਂ ਸਾਰੀਆਂ ਕੰਪਨੀਆਂ ਵੱਖ-ਵੱਖ ਦੇ ਜਿਹੜੇ ਸਰਵੇਖਣ ਨੇ ਉਹ ਕਹਿੰਦੇ ਦੁਬਾਰਾ ਇੰਡੀਆ ਦੀ ਸਰਕਾਰ ਬਣ ਰਹੀ ਹੈ ਤੇ ਇੰਡੀਆ ਗੱਠਜੋੜ ਦੀ ਮੀਟਿੰਗ ਮਲਕੀ ਅਰਜਨ ਖੜਗੇ ਦੇ ਘਰ ਹੋਈ ਜਿੱਥੇ ਕੇਜਰੀਵਾਲ ਵੀ ਸੀ ਭਗਵੰਤ ਮਾਨ ਵੀ ਸੀ ਉਹਦਾ ਬਠਾਕਰੇ ਦੇ ਰਿਪਰੈਜ਼ੈਂਟੇਟਿਵ ਸੀ ਰਾਗਵ ਚੱਡਾ ਸੀ ਸ਼ਰਦ ਪਵਾਰ ਸੀ ਲਾਲੂ ਪ੍ਰਸ਼ਾਦ ਯਾਦਵ ਦਾ ਪੁੱਤ ਸੀ ਤੇ ਉੱਥੇ ਤੇਜਸਵੀ ਯਾਦਵ ਤੇ ਹੋਰ ਬਹੁਤ ਸਾਰੀਆਂ ਪਾਰਟੀਆਂ ਦੇ ਲੀਡਰ ਸੀ ਉੱਥੇ ਖੱਬੇ ਪੱਖੀ ਪਾਰਟੀਆਂ ਦੇ ਲੀਡਰ ਸੀ ਉੱਥੇ ਸਮਾਜਵਾਦੀ ਅਕਲੇਸ਼ ਯਾਦਵ ਸੀ ਉਦੋਂ ਮੀਟਿੰਗ ਕਰਕੇ 2 2.5 ਘੰਟੇ ਮੀਟਿੰਗ ਚੱਲੀ ਤੇ ਮਲਕ ਅਰਜਨ ਖੜਗੇ ਨੇ ਕਿਹਾ ਕਿ ਜਿਹੜੇ ਸਾਡੇ ਸਰਵੇਖਣ ਨੇ ਉਹ ਕਹਿ ਰਹੇ ਨੇ ਕਿ ਇੰਡੀਆ ਗੱਠਜੋੜ ਨੂੰ 295 ਸੀਟਾਂ ਮਿਲ ਰਹੀਆਂ ਨੇ ਹੁਣ ਵੱਖ-ਵੱਖ ਚੈਨਲ ਕਹਿੰਦੇ ਚੈਨਲਾਂ ਦੇ ਵੀ ਜਿਹੜੇ ਸਰਵੇਖਣ ਨੇ ਉਹ ਵੱਖ-ਵੱਖ ਕੰਪਨੀਆਂ ਦੇ ਨੇ ਕਿਤੇ-ਕਿਤੇ ਚੈਨਲ ਨਾਲ ਨੇ ਉਹ 300 700 350 300 65 68 83 ਤੱਕ ਉਹਨਾਂ ਨੇ ਅੰਕੜੇ ਦੇਤੇ ਵੀ ਭਾਜਪਾ ਨੂੰ ਆਉਣਗੇ ਤੇ ਮਲਕੀ ਅਰਜਨ ਖੜਗੇ ਕਹਿੰਦੇ ਵੀ ਸਾਨੂੰ ਜੇ ਇੰਡੀਆ ਨੂੰ ਇੰਨੇ ਆ ਰਹੇ ਨੇ ਤੇ ਸਾਨੂੰ 295 ਆ ਰਹੇ ਨੇ ਪਰ ਮਲਕੀ ਅਰਜਨ ਖੜਗੇ ਨੇ ਬਕਾਇਦਾ ਬਿਆਨ ਦਿੱਤਾ ਉਹ ਬਿਆਨ ਵੀ ਇਸ ਵਕਤ ਬੜਾ ਜ਼ਰੂਰੀ ਹੈ ਕਿ ਮਲਕੀ ਅਰਜਨ ਖੜਗੇ ਦੀ ਗੱਲ ਸੁਣੀ ਜਾਵੇ ਮੈਂ ਤਸਵੀਰਾਂ ਦਿਖਾ ਰਿਹਾ ਹਾਂ ਮਲਕੇ ਅਰਜਨ ਖੜਗੇ ਉਹਨਾਂ ਦੀ ਗਵਾਇਤ ਜਿਹੜੀ ਮੀਟਿੰਗ ਹੋਈ ਹੈ ਉਹ ਤਸਵੀਰਾਂ ਵੀ ਇਸ ਵਕਤ ਸਟੇਜ ਤੇ ਨੇ ਅਸੀਂ ਦੇਖ ਸਕਦੇ ਆ ਇਹਨਾਂ ਤਸਵੀਰਾਂ ਦੇ ذریعے ਵੀ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਇੰਡੀਆ ਗੱਟਬੰਧਨ ਕਮ ਸੇ ਕਮ 295 ਸੀਟੇ ਪਲੱਸ 295 ਸੇ ਜ਼ਿਆਦਾ ਆਉਣਗੇ कम तो नहीं आएंगे ये हमने आकलन किया कि सभी हमारे नेताओं से पूछने के बाद ये एक आंकड़ा हमारे पास मिला है और इस आंकड़े में कोई बदलाव नहीं है ये एक जनता की सर्वे है हमारा सर्वे नहीं है जो जनता ने सीधा हमारे को कहा है और हमारे नेताओं को जो इन्फॉर्मेशन दिया है ये इंफॉर्मेशन पहुंचाया है उस आधार पर ये हमने आज आप लोगों को बता रहे हैं सरकारी सर्वे तो होते हैं क्योंकि उनके पास बहुत से आंकड़े बनाने का बिगाड़ने का ये पहले से भी है और उनके चंद जो मीडिया के दोस्त हैं, उसको हाई फाई करके वो भी लोग बताते हैं ਇਸੇ ਲਈ ਹਮ ਆਪਕੋ ਸੱਦਿ ਬਤਾਨਾ ਰਿਅਲਿਟੀ ਬਤਾਨਾ ਜਨਤਾ ਕਾ ਕਿਆ ਮਨ ਹੈ ਜਨਤਾ ਜੋ ਕਹਤੀ ਹੈ ਉਹ ਹਮ ਆਪਕੇ ਸਾਹਮਣੇ ਰਖਾ ਹੈ ਸੋ ਮਲਕ ਅਰਜਨ ਖੜਗੇ ਸੀ ਉਹ ਕਹਿੰਦੇ ਜਨਤਾ ਦਾ ਸਰਵੇ ਹੈ ਜੋ ਜਨਤਾ ਨੇ ਸੰਦ ਦਸਿਆ ਸੋ ਉਹ 295 ਦੀ ਗੱਲ ਕਰਦੇ ਨੇ ਸੋ ਹਰਜੋਤ ਜੀ ਮੈਨੂੰ ਲੱਗਦਾ ਗੱਲ ਇੱਥੇ ਵੀ ਫਸੀ ਹੋਈ ਹੈ ਕਿ ਮਲਕ ਅਰਜਨ ਖੜਗੇ ਜਾਂ ਇੰਡੀਆ ਗੱਠ ਜੋੜ ਦਾ ਸਰਵੇਖਣ ਹੈ ਜਿਹੜਾ ਉਹ ਅਸਲੀ ਹੈ ਉਹ 4 ਤਰੀਕ ਨੂੰ ਪਤਾ ਲੱਗੂਗਾ ਕਿਆਂ ਜਿਹੜੇ ਵੱਖ-ਵੱਖ ਚੈਨਲਾਂ ਦੇ ਵੱਖ-ਵੱਖ ਕੰਪਨੀਆਂ ਦੇ ਸਰਵੇਖਣ ਚੱਲ ਰਹੇ ਨੇ ਪਰ ਮੈਂ ਇਹ ਜ਼ਰੂਰ ਕਹਿ ਸਕਦਾ ਕਿ ਕੁਝ ਸੂਬੇ ਨੇ ਜਿੱਥੇ ਭਾਜਪਾ ਨੂੰ ਘਾਟਾ ਪੈਣਾ ਹੀ ਪੈਣਾ ਹੈ ਹੁਣ ਪੰਜਾਬ ਔਰ ਹਰਿਆਣੇ ਚ ਸਾਡੇ ਕਿਸਾਨ ਬਹੁਤ ਜ਼ਿਆਦਾ ਨੇ ਹਰਿਆਣੇ ਚ 10 ਸੀਟਾਂ ਭਾਜਪਾ ਜਿੱਤਦੀ ਰਹੀ ਹੈ ਪਿਛਲੀ ਵਾਰੀ ਮੈਨੂੰ ਨਹੀਂ ਲੱਗਦਾ ਕਿ ਇਸ ਵਾਰ ਹਰਿਆਣੇ ਚ ਭਾਜਪਾ 10 ਸੀਟਾਂ ਜਿੱਤੇਗੀ ਚਾਹੇ ਭਾਜਪਾ ਉੱਥੇ 5 ਸੀਟਾਂ ਜਿੱਤੇ ਪਰ ਭਾਜਪਾ ਉੱਥੇ ਹਾਰੇਗੀ ਇਸੇ ਤਰ੍ਹਾਂ ਮਹਾਰਾਸ਼ਟਰ ਚ ਮਹਾਰਾਸ਼ਟਰ ਚ ਜੋ ਖਬਰਾਂ ਆ ਰਹੀਆਂ ਨੇ ਬੀਜੇਪੀ ਉੱਥੇ ਪਿਛਲੀ ਵਾਰ ਦੇ ਮੁਕਾਬਲੇ ਆਪਣੀਆਂ ਸੀਟਾਂ ਭਾਵੇਂ ਜਿੱਤ ਜੇ ਪਰ ਬੀਜੇਪੀ ਦੇ ਜਿਹੜੇ ਅਲਾਈਅੰਸ ਨੇ ਸਾਥੀ ਨੇ ਉਹ ਨਹੀਂ ਜਿੱਤ ਸਕਦੇ ਸੋ ਮਹਾਰਾਸ਼ਟਰ ਦੇ ਵਿੱਚ 48 ਸੀਟਾਂ ਨੇ ਉਹ ਵੰਡੀਆਂ ਜਾ ਸਕਦੀਆਂ ਨੇ ਅਧੀਆਂ-ਅਧੀਆਂ ਜਾਂ ਮਾੜਾ-ਮੋਟਾ ਕੋਈ ਸਤਾਈ ਲੈ ਜੇ ਬਾਕੀਆਂ ਨੂੰ 23 ਰਹਿ ਜਾਣ ਜਾਂ 22 ਰਹਿ ਜਾਣ ਇਸ ਤਰ੍ਹਾਂ ਦੀ ਗੱਲ ਉੱਥੇ ਹੋ ਸਕਦੀ ਹੈ ਸੋ ਮਹਾਰਾਸ਼ਟਰ ਚ ਵੀ ਬੀਜੇਪੀ ਦੀਆਂ ਸੀਟਾਂ ਘਟਣਗੀਆਂ ਬਿਹਾਰ ਚ ਲਾਲੂ ਪ੍ਰਸਾਦ ਯਾਦਵ ਦਾ ਮੁੰਡਾ ਤੇਜਸਵੀ ਯਾਦਵ ਤੇ ਰਾਹੁਲ ਗਾਂਧੀ ਇਕੱਠੇ ਤਾਕਤ ਬਣ ਕੇ ਉਭਰੇ ਨੇ 40 ਤੋਂ 39 ਸੀਟਾਂ ਬੀਜੇਪੀ ਔਰ ਜੀਡੀਜੂ ਕੋਲ ਸੀ ਇੱਥੇ ਵੀ ਸੀਟਾਂ ਕਾਂਗਰਸ ਔਰ ਤੇਜਸਵੀ ਯਾਦਵ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਮੈਨੂੰ ਲੱਗਦਾ ਇੱਥੇ ਵੀ 10 ਤੋਂ 15 ਸੀਟਾਂ ਇਹ ਲੋਕ ਜਿੱਤਣਗੇ ਸੋ ਬੀਜੇਪੀ ਨੂੰ ਇੱਥੇ ਵੀ ਨੁਕਸਾਨ ਹੋਣਾ ਹੈ ਇਸੇ ਤਰ੍ਹਾਂ ਕਰਨਾਟਕਾ ਦੇ ਵਿੱਚ ਵੀ ਰਾਜਸਥਾਨ ਦੇ ਵਿੱਚ ਵੀ ਬੀਜੇਪੀ ਦੀਆਂ ਸੀਟਾਂ ਪਹਿਲਾਂ ਨਾਲੋਂ ਘਟ ਸਕਦੀਆਂ ਨੇ ਦਿੱਲੀ ਦੇ ਵਿੱਚ ਵੀ ਬੀਜੇਪੀ ਦੀਆਂ ਸੀਟਾਂ ਘੱਟ ਸਕਦੀਆਂ ਨੇ ਕਿਉਂਕਿ ਜਿਸ ਤਰ੍ਹਾਂ ਦਾ ਚੋਣ ਪ੍ਰਚਾਰ ਅਸੀਂ ਦੇਖਿਆ ਬਹੁਤ ਸਾਰੇ ਸੀਨੀਅਰ ਪੱਤਰਕਾਰ ਐਕਸਪਰਟ ਜਿਹੜੇ ਬੁੱਧੀਜੀਵੀ ਨੇ ਸੋਸ਼ਲ ਮੀਡੀਆ ਤੇ ਉਹਨਾਂ ਦੇ ਅਸੀਂ ਜਿਹੜੇ opinion ਨੇ ਸੁਣੇ ਨੇ ਔਰ ਉਹਨਾਂ ਦੇ opinion ਵੀ ਕਾਫੀ ਹੱਦ ਤੱਕ ਜ਼ਮੀਨ ਤੋਂ ਪ੍ਰਭਾਵਿਤ ਹੁੰਦੇ ਨੇ ਸੋ ਕੱਲੇ ਟੈਲੀਵਿਜ਼ਨਾਂ ਦੀ ਗੱਲ ਤੇ ਭਰੋਸਾ ਕਰਨਾ ਅੱਜਕੱਲ ਸਮਾਂ ਨਹੀਂ ਰਿਹਾ ਹਰਜੋਜੀ ਇੱਕ ਵੇੜਾ ਸੀ ਜਦੋਂ ਮੈਂ ਸਕੂਲ ਪੜ੍ਹਦਾ ਹੁੰਦਾ ਸੀ ਜੇ ਅਖਬਾਰ ਦੇ ਵਿੱਚ ਆ ਜਾਂਦਾ ਸੀ ਅੱਜ ਸਕੂਲ ਬੰਦ ਰਹਿਣਗੇ ਅੱਜ ਛੁੱਟੀ ਹੈ ਤੇ ਮੈਂ ਬਸਤਾ ਲਾ ਕੇ ਮੋਢੇ ਤੋਂ ਛੁੱਟ ਦਿੰਦਾ ਸੀ ਮੰਨ ਲੈਂਦਾ ਸੀ ਕਿ ਛੁੱਟੀ ਹੈ ਅ ਜਦੋਂ ਮੈਂ ਸ਼ੋਰ ਰਿਕਾਰਡ ਕਰ ਰਿਹਾ ਮੇਰੇ ਮਾਤਾ ਜੀ ਵੀ ਹੱਸ ਰਹੇ ਨੇ ਮੇਰੇ ਕੋਲੇ ਸੋ ਮੈਂ ਬਸਤਾ ਛੁੱਟ ਦਿੰਦਾ ਸੀ ਕਿਉਂਕਿ ਮੈਂ ਅੱਜ ਘਰੇ ਸ਼ੋਰ ਰਿਕਾਰਡ ਕਰ ਰਿਹਾ ਸਟੂਡੀਓ 'ਚ ਜਿੱਦਾਂ ਹੀ ਕੱਲ ਹਨੇਰੀ ਸ਼ਾਮ ਨੂੰ ਆਈ ਤੇ ਪਾਵਰ ਫੇਲ ਬਹੁਤ ਵੱਡੇ ਪੱਧਰ ਤੇ ਹੋਈ ਸੋ ਸਟੂਡੀਓ ਦੇ ਵਿੱਚ ਵੀ ਸਾਨੂੰ ਜਿਹੜੀ ਸਪਲਾਈ ਮੇਨ ਲਾਈਨ ਦੀ ਆਉਣੀ ਸੀ ਉਹ ਕਾਫੀ ਡਿਸਟਰਬ ਰਹੀ ਸੋ ਮੈਂ ਘਰ ਤੋਂ ਅੱਜ ਤੁਹਾਡੇ ਨਾਲ ਪ੍ਰੋਗਰਾਮ ਕਰ ਰਹੇ ਹਾਂ ਮੇਰੇ ਕਹਿਣ ਦਾ ਮਤਲਬ ਹੈ ਅਖਬਾਰਾਂ ਤੇ ਐਡਾ ਭਰੋਸਾ ਸੀ ਜੇ ਅਖਬਾਰ 'ਚ ਛਪ ਜਾਂਦਾ ਸੀ ਕਿ ਸਕੂਲ 'ਚ ਛੁੱਟੀ ਹੈ ਤੇ ਮੇਰੇ ਮਾਤਾ ਜੀ ਮੈਨੂੰ ਦੱਸਦੇ ਵੀ ਮੈਂ ਬੈਗ ਲਾ ਕੇ ਛੁੱਟ ਦਿੰਦਾ ਸੀ ਵੀ ਛੁੱਟੀ ਹੈ ਤੇ ਅੱਜ ਜੇ ਅਖਬਾਰ 'ਚ ਕਿਸੇ 'ਚ ਛਪਿਆ ਹੋਵੇ ਸਕੂਲ 'ਚ ਛੁੱਟੀ ਹੈ ਤੇ ਅਸੀਂ ਤਿੰਨ ਅਖਬਾਰ ਹੋਰ ਮੰਗਦੇ ਆ ਵੀ ਬਾਕੀ ਅਖਬਾਰਾਂ 'ਚ ਦੇਖੋ ਫਿਰ ਵੀ ਭਰੋਸਾ ਨਹੀਂ ਆਉਂਦਾ ਫਿਰ ਆਪਾਂ ਕਹਿੰਦੇ ਆ ਸਕੂਲ 'ਚ ਫੋਨ ਕਰੋ ਕਿਸੇ ਦੋਸਤ ਨੂੰ ਫੋਨ ਕਰੋ ਕਿਸੇ ਨੇੜੇ ਦੇ ਜਵਾਕ ਨੂੰ ਫੋਨ ਕਰੋ ਮਤਲਬ ਕਿ মিডিਆ ਦੀ ਵੀ ਓਡੀ ਭਰੋਸੇਯੋਗਤਾ ਨਹੀਂ ਰਹਿ ਗਈ ਉਹਦਾ ਕਾਰਨ ਵੀ ਹੈ মিডিਆ ਵੀ ਬਹੁਤ ਫੈਲ ਗਿਆ ਜਦੋਂ ਬਹੁਤ ਸਾਰੇ ਪ੍ਰੋਡਕਟ ਹੋ ਜਾਂਦੇ ਨੇ ਉਦੋਂ ਮਾੜੀ ਮੋੜੀ ਮਿਲਾਵਟ ਦਾ ਖਤਰਾ ਹੋ ਜਾਂਦਾ ਸੋ ਇਸ ਕਰਕੇ ਜਿਹੜੇ ਟੈਲੀਵਿਜ਼ਨਾਂ ਦੇ ਸਰਵੇਖਣ ਨੇ ਅੱਖਾਂ ਬੰਦ ਕਰਕੇ ਇਹਨਾਂ ਤੇ ਵੀ ਭਰੋਸਾ ਨਹੀਂ ਕਰਨਾ ਚਾਹੀਦਾ ਹਾਂ ਇਹਨਾਂ ਨੂੰ ਮਨੋਰੰਜਨ ਦੇ ਤੌਰ ਤੇ ਜ਼ਰੂਰ ਦੇਖਣਾ ਚਾਹੀਦਾ ਜਿਹੜਾ ਬੀਜੇਪੀ ਦਾ ਸਪੋਰਟਰ ਹੈ ਉਹ ਉਸ ਚੈਨਲ ਨੂੰ ਲਾਵੇ ਜੀਚ ਬੀਜੇਪੀ ਨੂੰ ਅੱਗੇ ਦਿਖਾ ਰਹੇ ਨੇ ਉਹਦੇ ਨਾਲ ਉਹਨੂੰ ਖੁਸ਼ੀ ਮਿਲੂਗੀ ਉਹ ਕੋਈ ਲੱਡਲੂਡੂ ਮੰਗਾ ਕੇ ਖਾ ਸਕਦੇ ਆ ਜਿਹੜੇ ਇੰਡੀਆ ਗੱਠ ਜੋੜ ਦੇ ਸਪੋਰਟਰ ਨੇ ਉਹ ਕੋਈ ਉਹ ਚੈਨਲ ਲਾ ਲੈਣ ਜਿੱਥੇ ਇੰਡੀਆ ਗੱਠ ਜੋੜ ਦੀ ਗੱਲ ਹੋ ਰਹੀ ਹੈ ਔਰ ਜਿਹੜੇ ਨਿਰਪੱਖ ਲੋਕ ਨੇ ਉਹ ਸਾਡਾ ਖਬਰ ਪੜਤਾਲ ਸੁਣ ਲੈਣ ਹੋਰ ਵੀ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਨਿਰਪੱਖ ਲੋਕ ਨੇ ਜਿਹੜੇ ਆਪਣੀ ਗੱਲ ਕਰਦੇ ਨੇ ਸੋ ਅੱਗੇ ਪਿੱਛੇ ਤੁਸੀਂ ਸਰਕਾਰਾਂ ਦੀ ਚੰਗੀ ਕਾਰਗੁਜ਼ਾਰੀ ਹੈ ਉਹਦੀ ਜ਼ਰੂਰ ਤਾਰੀਫ਼ ਕਰ ਸਕਦੇ ਹੋ ਪਰ ਜਦੋਂ ਚੋਣਾਂ ਦੀ ਲੋਕਮੰਤ ਦੀ ਗੱਲ ਆਉਂਦੀ ਹੈ ਤੇ ਤੁਹਾਨੂੰ ਬਿਲਕੁਲ ਨਿਰਪੱਖ ਹੋ ਕੇ ਗੱਲ ਕਰਨੀ ਚਾਹੀਦੀ ਹੈ ਪਰ ਆਪਾਂ ਵੀ ਇਹ ਸਪਸ਼ਟ ਕਹਿੰਨੇ ਆ ਕਿ ਕੋਈ ਦਾਵਾ ਨਹੀਂ ਸਾਡਾ ਕਿ ਕੌਣ ਕੀ ਕਿੰਨੀਆਂ ਸੀਟਾਂ ਜਿੱਤੂ ਇਹ ਬਹੁਤ ਫਸੀ ਹੋਈ ਮੁਕਾਬਲਾ ਇਸ ਵਾਰ ਔਰ ਲੋਕਾਂ ਦਾ ਫੈਸਲਾ ਇਹ 4 ਜੂਨ ਨੂੰ ਹੀ ਪਤਾ ਲੱਗਣਾ ਹੈ ਸਵੇਰੇ 8:00 ਵਜੇ ਤੋਂ ਜਦੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਣੀ ਹੈ ਅੱਜ ਅ ਬਿਲਕੁਲ ਸਹੀ ਗੱਲ ਹੈ ਸੋ ਡੱਲਾ ਜੀ ਵਾਕਈ ਤੁਸੀਂ ਸਹੀ ਗੱਲ ਕਹੀ ਹੈ ਕਿ ਇਕ ਮਨੋਰੰਜਨ ਦੇ ਤੌਰ ਤੇ ਜ਼ਰੂਰ ਵੇਖਿਆ ਸਮਝਿਆ ਜਾ ਸਕਦਾ ਹੈ ਕਿਉਂਕਿ ਜਦੋਂ ਹੁਣ ਵੋਟਾਂ ਪੈ ਚੁੱਕੀਆਂ ਹਰੇਕ ਦੇ ਮਨ ਵਿੱਚ ਉਤਸੁਕਤਾ ਜ਼ਰੂਰ ਹੈ ਕਿ ਕੀ ਨਤੀਜੇ ਹੋਣਗੇ ਗਲੀ ਮੁਹੱਲਿਆਂ ਵਿੱਚ ਵੀ ਇਹ ਚਰਚਾਵਾਂ ਹੋ ਰਹੀਆਂ ਹਨ ਦੇਖਿਆ ਜਾ ਰਿਹਾ ਹੈ ਕਿ ਖੜ ਕੇ ਲੋਕ ਇੱਕ ਦੂਜੇ ਨਾਲ ਡਿਸਕਸ਼ਨ ਇਹਨਾਂ ਚੀਜ਼ਾਂ ਨੂੰ ਲੈ ਕੇ ਕਰ ਰਹੇ ਨੇ ਕਿ ਕੌਣ ਜਿੱਤ ਸਕਦਾ ਹੈ ਤੇ ਉਸੇ ਤਰੀਕੇ ਨਾਲ ਜੋ ਟੀਵੀ ਚੈਨਲਸ ਨੇ ਨਿਊਜ਼ ਚੈਨਲਸ ਨੇ ਉਹ ਵੀ ਵਕਫ ਵਕ ਤਰ੍ਹਾਂ ਦੇ ਜਿਹੜੇ ਐਗਜ਼ਿਟ ਪੋਲ ਦਿਖਾ ਕੇ ਲੋਕਾਂ ਦਾ ਮਨੋਰੰਜਨ ਗਿਆ ਸਾਦੇ ਆ ਜਾਂ ਉਹਨਾਂ ਦੇ ਜਿਹੜੇ ਅਨੁਮਾਨ ਨੇ ਉਹਨਾਂ ਦੇ ਹਿਸਾਬ ਦੇ ਨਾਲ ਅਨੁਮਾਨਿਤ ਨਤੀਜੇ ਦਿਖਾ ਰਹੇ ਨੇ ਬਾਕੀ ਜਿਵੇਂ ਤੁਸੀਂ ਵਿਸ਼ਲੇਸ਼ਣ ਕੀਤਾ ਹੈ ਪੰਜਾਬ ਦਾ ਵੀ ਹਰੇਕ ਸੀਟ ਦੇ ਉੱਪਰ ਤੁਸੀਂ ਬਹੁਤ ਵਧੀਆ ਢੰਗ ਦੇ ਨਾਲ ਪੂਰਾ ਵਿਸ਼ਲੇਸ਼ਣ ਕੀਤਾ ਤੇ ਵਾਕਈ ਤੁਸੀਂ ਜੋ ਗੱਲ ਕਹੀ ਕਿ ਨਿਰਪੱਖ ਹੋ ਕੇ ਜਿਹੜੇ ਵਿਸ਼ਲੇਸ਼ਣ ਕਰਦੇ ਨੇ ਲੋਕੀ ਉਹਨਾਂ ਨੂੰ ਸੁਣਨਾ ਜ਼ਿਆਦਾ ਪਸੰਦ ਕਰਦੇ ਨੇ ਕਿ ਸਚਾਈ ਜੋ ਹੈ ਪਤਾ ਚੱਲੇ ਬਾਕੀ 4 ਤਰੀਕ ਨੂੰ ਨਤੀਜੇ ਆਈ ਜਾਣੇ ਨੇ ਸਭ ਦੇ ਸਾਹਮਣੇ ਤੇ ਬਹੁਤ ਬਹੁਤ ਧੰਨਵਾਦ ਡਟਲਾ ਜੀ ਇਹ ਪੂਰੇ ਐਨਾਲਿਸਿਸ ਲਈ ਦਰਸ਼ਕਾਂ ਦੇ ਨਾਲ ਤੁਸੀਂ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਔਰ ਅਖੀਰ ਕੋਈ ਵੀ ਧਿਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਜ਼ਰੂਰ ਤੁਸੀਂ ਆਪਣੀ ਅਸਹਿਮਤੀ ਮੇਰੇ ਨਾਲ ਸਾਂਝੀ ਕਰ ਸਕਦੇ ਹੋ ਤੁਹਾਡੇ ਵੀ ਹਰ ਵਿਚਾਰ ਦਾ ਸਵਾਗਤ ਹੈ ਔਰ ਅਸੀਂ ਤੁਹਾਡਾ ਵਿਚਾਰ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ ਹਰਜੋਤ ਜੀ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ